ਪ੍ਰੋਗਰਾਮ ਖਬਰ ਪੜਤਾਲ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸੂਬੇ ਦੀਆਂ ਪ੍ਰਮੁੱਖ ਸਿਆਸੀ ਗਤੀਵਿਧੀਆਂ ਦੇ ਉੱਪਰ ਖਬਰ ਪੜਤਾਲ ਕਰਦੇ ਹਾਂ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਹੁਸ਼ਿਆਰਪੁਰ ਦੀ ਰੈਲੀ ਦੀ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਰਾਹੁਲ ਗਾਂਧੀ ਨੇ ਸੰਬੋਧਨ ਕੀਤਾ ਜਾਣਾਂਗੇ ਸਿੱਧੂ ਦੀ ਕਿਹੜੀ ਗੱਲ ਦੇ ਹੋ ਰਹੇ ਨੇ ਚਰਚੇ ਉਸ ਤੋਂ ਬਾਅਦ ਗੱਲ ਕਰਾਂਗੇ ਸੀਐਮ ਚਰਨਜੀਤ ਸਿੰਘ ਚੰਨੀ ਦੀ ਆਖਿਰ ਕਿਹੜੀ ਗੱਲ ਤੋਂ ਸੀਐਮ ਚੰਨੀ ਨੂੰ ਕੌੜਾ ਕੋਟ ਪਰਨਾ ਪਿਆ ਇਸ ਬਾਬਤ ਗੱਲਬਾਤ ਕਰਾਂਗੇ ਅਰਵਿੰਦ ਕੇਜਰੀਵਾਲ ਦੀ ਗੱਲ ਕਰਾਂਗੇ ਪ੍ਰੈਸ ਕਾਨਫਰੰਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰ ਸਿਆਸੀ ਆਗੂ ਉਹਨਾਂ ਨੂੰ ਅਪਸ਼ਬਦ ਬੋਲ ਰਿਹਾ ਉਹਨਾਂ ਨੂੰ ਗਾਲਾਂ ਕੱਢ ਰਿਹਾ ਇਸ ਬਾਬਤ ਵੀ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਗੱਲ ਕਰਾਂਗੇ ਨਰਿੰਦਰ ਮੋਦੀ ਦੀ ਸਿਆਸੀ ਰੈਲੀ ਜੋ ਕਿ ਜਲੰਧਰ ਦੇ ਵਿੱਚ ਹੋਈ ਹੈ ਤੇ ਸਿਆਸੀ ਵਿਰੋਧੀਆਂ ਨੂੰ ਮੋਦੀ ਦੀਆਂ ਕਿਹੜੀਆਂ ਗੱਲਾਂ ਤੋਂ ਡਰ ਲੱਗਣ ਲੱਗ ਪਿਆ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਨਾਲ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਧੰਨਵਾਦ ਜਗਦੀ ਜੀ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਪਹਿਲਾ ਸਵਾਲ ਹੁਸ਼ਿਆਰਪੁਰ ਵਾਲੀ ਕਾਂਗਰਸ ਦੀ ਰੈਲੀ ਨੂੰ ਲੈ ਕੇ ਰਾਹੁਲ ਗਾਂਧੀ ਤੇ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ ਹੈ ਕਿਹੜੀ ਗੱਲ ਨੂੰ ਲੈ ਕੇ ਚਰਚਾ ਹੋ ਰਿਹਾ ਇੰਨਾ ਜ਼ਿਆਦਾ ਨਵਜੋਤ ਸਿੰਘ ਸਿੱਧੂ ਆ ਦੀ ਇਸ ਰੈਲੀ ਦਾ ਦੇਖੋ ਸਟੇਜ ਤੋਂ ਨਵਜੋਤ ਸਿੰਘ ਸਿੱਧੂ ਨੇ ਗੇਮ ਕਰਤੀ ਜੀ ਤੇ ਕਈ ਲੀਡਰ ਡਰ ਗਏ ਗੇਮ ਇਹ ਕਰਤੀ ਵੀ ਨਵਜੋਤ ਸਿੰਘ ਸਿੱਧੂ ਹਰ ਮੰਚ ਤੋਂ ਇਹ ਕਹਿ ਰਹੇ ਨੇ ਕਿ ਮੈਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ ਜੀ ਮੈਂ ਸਮਰਪਤਾ ਰਾਹੁਲ ਗਾਂਧੀ ਨੂੰ ਪਰ ਮੈਂ ਅਗਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤੇ ਮੈਂ ਲੀਡਰਾਂ ਦੇ ਪੁੱਤ ਖਾਸ ਤੌਰ ਤੇ ਐਮਐਲਏਆਂ ਦੇ ਪੁੱਤ ਮੰਤਰੀਆਂ ਦੇ ਪੁੱਤ ਐਮਪੀਆਂ ਦੇ ਪੁੱਤ ਚੇਅਰਮੈਨ ਨਹੀਂ ਲੱਗਣ ਦੇਣੀ ਦੇਖੋ ਕਾਂਗਰਸ ਚ ਇਹ ਇੱਕ ਬਹੁਤ ਵੱਡਾ ਮਸਲਾ ਹੈ ਔਰ ਸਾਡੀ ਸਿਆਸਤ ਚ ਇਹ ਬਹੁਤ ਵੱਡਾ ਮਸਲਾ ਜਿੱਦ ਦੀ ਸੀ ਪੰਜਾਬ ਦੇ ਕਈ ਮੰਤਰੀ ਨੇ ਪੰਜਾਬ ਦੇ ਮੈਂ ਪਹਿਲਾਂ ਵਿਧਾਇਕਾਂ ਦੀ ਗੱਲ ਕਰਦਾ ਕਈ ਵਿਧਾਇਕ ਨੇ ਜਿਨ੍ਹਾਂ ਨੇ ਆਪਣੇ ਪੁੱਤਾਂ ਨੂੰ ਨੌਕਰੀਆਂ ਦਿਵਾਉਣ ਦੀ ਕੋਸ਼ਿਸ਼ ਕੀਤੀ ਕੀ ਬਗਾਨਿਆਂ ਦੇ ਪੁੱਤ ਪੁੱਤ ਨਹੀਂ ਕਾਂਗਰਸ ਦੇ ਵਿੱਚ ਇਹ ਕਲਚਰ ਐ ਮੈਂ ਦੇਖਿਆ ਸਿਰਫ ਕਾਂਗਰਸ ਨਹੀਂ ਭਾਵੇਂ ਅਕਾਲੀ ਦਲ ਹੋਵੇ ਜਾਂ ਕੋਈ ਵੀ ਧਿਰ ਹੋਵੇ ਜਦੋਂ ਸੱਤਾ 'ਚ ਆ ਜਾਂਦੇ ਆ ਨਾ ਜਿਹੜੇ ਐਮਪੀ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਹੁਣ ਅਸੀਂ ਆਪਣੇ ਪੁੱਤ ਵੀ ਪੋਲੀਟੀਕਲੀ ਸੈੱਟ ਕਰ ਲੀਏ ਤੁਸੀਂ ਰਿਕਾਰਡ ਕੱਢ ਲਓ ਆਰਟੀਆਈ ਲਾ ਕੇ ਕਾਂਗਰਸ ਸਰਕਾਰ ਦਾ ਹੋਣ ਵਾਲੀ ਦਾ ਜਾਂ ਅਕਾਲੀ ਦਲ ਵੇਲੇ ਦਾ ਕੋਈ ਐਮਐਲਏ ਹੈ ਕੋਈ ਮੰਤਰੀ ਹੈ ਉਹਨਾਂ ਦੇ ਪੁੱਤ ਕਿਸੇ ਦਾ ਪੁੱਤ ਡਾਇਰੈਕਟਰ ਹੋਊਗਾ ਕਿਤੇ ਕਿਸੇ ਦਾ ਪੁੱਤ ਚੇਅਰਮੈਨ ਹੋਊਗਾ ਵਾਈਸ ਚੇਅਰਮੈਨ ਹੋਊਗਾ ਕਿਸੇ ਬੋਰਡ ਦਾ ਮੈਂਬਰ ਹੋਊਗਾ ਡਾਇਰੈਕਟਰ ਹੋਊਗਾ ਨਗਰ ਕਾਉਂਸਲ 'ਚ ਹੋਊਗਾ ਨਗਰ ਸਮਿਤੀ 'ਚ ਹੋਊਗਾ ਕੋਈ ਕਾਉਂਸਲਰ ਹੋਊਗਾ ਕੋਈ ਵਾਰਡ ਦਾ ਅਹੁਦੇਦਾਰ ਹੋਊਗਾ ਚਲੋ ਪਾਰਟੀ ਦੇ ਅਹੁਦੇਦਾਰ ਦੀ ਗੱਲ ਅਲੱਗ ਹੈ ਮੁਨਾਫੇ ਵਾਲੀਆਂ ਥਾਵਾਂ ਤੇ ਹੁਣ ਨਵਜੋਤ ਸਿੰਘ ਸਿੱਧੂ ਇਹ ਸਟੈਂਡ ਲੈ ਗਿਆ ਵੀ ਲਗਭਗ 1.4000 ਅਜਈਆਂ ਪੋਸਟਾਂ ਨੇ ਇਹਦੇ 'ਚ ਡਾਇਰੈਕਟਰ ਨੇ ਮੈਂਬਰ ਨੇ ਇੰਪਰੂਵਮੈਂਟ ਟਰਸਟਾਂ ਦੇ ਮੈਂਬਰ ਨੇ ਨਗਰ ਕਾਉਂਸਲਾਂ ਨੇ ਹਾਂ ਜਗਦੀਸ਼ ਜੀ ਜੀ ਕਾਰਪੋਰੇਸ਼ਨਾਂ ਨੇ ਜੀ ادارے ਨੇ ਕਈ ਸਰਕਾਰੀ ਉਹਨਾਂ ਦੇ ਡਾਇਰੈਕਟਰ ਨੇ ਕਿਸੇ ਦਾ ਵਾਈਸ ਚੇਅਰਮੈਨ ਹੈ ਚੇਅਰਮੈਨ ਹੈ ਜੀ ਸੋ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੇ ਸਾਹਮਣੇ ਕੱਲ ਕਹਿ ਗਏ ਜਦੋਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਹੋਣਾ ਸੀ 6 ਤਰੀਕ ਨੂੰ ਉਸ ਦਿਨ ਵੀ ਕਹਿਤਾ ਸੀ ਨਵਜੋਤ ਸਿੰਘ ਸਿੱਧੂ ਨੇ ਵੀ ਜੇ ਮੰਤਰੀਆਂ ਐਮਐਲਏਆਂ ਦੇ ਪੁੱਤਾਂ ਨੂੰ ਚੇਅਰਮੈਨੀਆਂ ਗਈਆਂ ਤੇ ਮੈਂ ਅਸਤੀਫਾ ਦੇ ਦਿੱਤਾ ਕੱਲ ਉਹਨਾਂ ਨੇ ਫੇਰ ਗੱਲ ਦੁਹਰਾਤੀ ਵੀ ਮੈਂ ਪਾਰਟੀ ਪ੍ਰਧਾਨ ਹੁੰਦੇ ਇਹ ਕੰਮ ਨਹੀਂ ਹੁੰਦੇਣਾ। ਔਰ ਇਹਦੇ ਨਾਲ ਪੰਜਾਬ ਭਰ ਦੇ ਵਿੱਚ ਜਿਹੜੇ ਕਾਂਗਰਸ ਦੇ ਵਰਕਰ ਨੇ ਉਹਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਕਿ ਪਹਿਲੀ ਵਾਰੀ ਕੋਈ ਅਜਿਹਾ ਲੀਡਰ ਆਇਆ ਹੈ ਜਿਹੜਾ ਸਾਡੇ ਹੱਕ 'ਚ ਸਟੈਂਡ ਲੈ ਗਿਆ। ਇਹ ਪ੍ਰਥਾ ਬੜੀ ਗਲਤ ਸੀ। ਔਰ ਇਹਦੇ ਨਾਲ ਕਈ ਲੀਡਰ ਡਰ ਗਏ। ਦੇਖੋ ਕਈ ਲੋਕ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਨਹੀਂ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਕਾਂਗਰਸੀ? ਮੰਤਰੀ, ਵਿਧਾਇਕ, ਐਮਐਲਏ ਪਾਵੇਂ ਰਾਹੁਲ ਗਾਂਧੀ ਸੱਦੇ ਭਾਵੇਂ ਪ੍ਰਿੰਕਾ ਗਾਂਧੀ ਸੱਦੇ ਉਹ ਆਪਣੇ ਕਿਸੇ ਹੋਰ ਹੀ ਜੋੜੀਦਾਰ ਦਾ ਨਾਂ ਲਿਆਉਂਦੇ ਆ ਪਿੱਛੇ ਵੀ ਜਦੋਂ ਕੈਪਟਨ ਅਮਰਿੰਦਰ ਤੋਂ ਬਾਅਦ ਚਰਨਜੀਤ ਚੰਨੀ ਨੂੰ ਸਾਰਿਆਂ ਨੇ ਹਮਾਇਤ ਦੇਤੀ ਕਹਿੰਦੇ ਜੀ ਚੰਨੀ ਨੂੰ ਹੀ ਬਣਾ ਦਿਓ 2022 ਲਈ ਵੀ ਮੁੱਖ ਮੰਤਰੀ ਦਾ ਚਿਹਰਾ ਕਿਉਂਕਿ ਚੰਨੀ ਨਰਮ ਮੁੱਖ ਮੰਤਰੀ ਹੈ ਕਿਸੇ ਨੂੰ ਕੁਝ ਨਹੀਂ ਕਹਿੰਦਾ ਜੀ ਕਈ ਤਾਂ ਇਹ ਜੇ ਚੰਨੀ ਸਾਹਿਬ ਨੇ ਚੇਅਰਮੈਨ ਲਾਤੇ ਜਿਨ੍ਹਾਂ ਤੇ ਵਿਵਾਦ ਹੀ ਬੜਾ ਹੈ ਜੀ ਕਈ ਤਾਂ ਇਹ ਜੇ ਚੇਅਰਮੈਨ ਲਾਤੇ ਜਿਨ੍ਹਾਂ ਤੇ ਵਿਵਾਦ ਹੀ ਬੜਾ ਹੈ ਸੋ ਚਰਨਜੀਤ ਚੰਨੀ ਇੱਕ ਨਰਮ ਚਿਹਰਾ ਉਹਨੂੰ ਵਰਤਗੇ ਕਾਂਗਰਸ ਦੇ ਐਮਐਲਏ ਤੇ ਕਾਂਗਰਸ ਦੇ ਮੰਤਰੀ ਜੀ ਤੇ ਕਈ ਲੀਡਰ ਹੁਣ ਡਰੇ ਪਏ ਨੇ ਵੀ ਹੁਣ ਨਵਜੋਤ ਸਿੰਘ ਸਿੱਧੂ ਨੂੰ ਭਾਵੇਂ ਅਸੀਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਨ ਦਿੱਤਾ ਪਰ ਜੇ ਕਾਂਗਰਸ ਦੀ ਸਰਕਾਰ ਆ ਗਈ ਨਵਜੋਤ ਸਿੱਧੂ ਤਾਂ ਰਾਹੁਲ ਗਾਂਧੀ ਦੇ ਸਾਹਮਣੇ ਸਟੈਂਡ ਲੈ ਗਿਆ ਜੀ ਫਿਰ ਪਰਸੋਂ ਐਨਆਰਆਈਆਂ ਦਾ ਇੱਕ ਪ੍ਰੋਗਰਾਮ ਸੀ ਸ਼ਨੀਵਾਰ ਨੂੰ ਜਾਂ ਐਤਵਾਰ ਨੂੰ ਅੰਮ੍ਰਿਤਸਰ ਚ ਜੀ ਉੱਥੇ ਪੱਤਰਕਾਰਾਂ ਨੇ ਜਦੋਂ ਸਵਾਲ ਕੀਤੇ ਵਿਜੇ ਨਾ ਲਾਗੂ ਹੋਏ ਤੁਹਾਡੇ ਪੰਜਾਬ ਮਾਡਲ ਦੇ ਏਜੰਡੇ ਮੁੱਖ ਮੰਤਰੀ ਨੇ ਨਾ ਲਾਗੂ ਕੀਤੇ ਫਿਰ ਕੀ ਕਰੋਗੇ ਜੀ ਤੇ ਸਿੱਧੂ ਕਹਿੰਦਾ ਵੀ ਕੋਈ ਵੀ ਸਰਕਾਰ ਹੋਵੇ ਕੋਈ ਵੀ ਮੁੱਖ ਮੰਤਰੀ ਹੋਵੇ ਪੰਜਾਬ ਦੇ ਹੱਕ ਦੇ ਏਜੰਡੇ ਤਾਂ ਲਾਗੂ ਕਰਨੇ ਹੀ ਪੈਣਗੇ ਮੁੱਖ ਮੰਤਰੀਆਂ ਨੂੰ ਜੀ ਔਰ ਸਿੱਧੂ ਕਹਿੰਦਾ ਮੈਂ ਆਪਣੀ ਲੜਾਈ ਲੜਦਾ ਰਹੂੰਗਾ ਮੈਂ ਪਹਿਲਾਂ ਵੀ ਦੋ ਮੁੱਖ ਮੰਤਰੀ ਭਗਤਾਤੇ ਗੱਲ ਤਾਂ ਵੈਸੇ ਠੀਕ ਹੈ ਜੀ ਅਕਾਲੀ ਦਲ ਵਾਲੇ ਵੀ ਭਗਤਾਤੇ ਸਿੱਧੂ ਨੇ ਕੈਪਟਨ ਅਮਰਿੰਦਰ ਵੀ ਭਗਤਾਤਾ ਜੀ ਦੋਨੇ ਚਲੇ ਗਏ ਮੁੱਖ ਮੰਤਰੀ ਦੇ ਅਹੁਦੇ ਤੋਂ ਵਿਲੇ ਹੋ ਕੇ ਜੀ ਕਿਉਂ ਕਿਉਂਕਿ ਲੋਕ ਮੁੱਦਿਆਂ ਦੀ ਲੜਾਈ ਤਾਂ ਲੜਨੀ ਪੈਣੀ ਹੈ ਹੁਣ ਨਵਜੋਤ ਸਿੰਘ ਸਿੱਧੂ ਦੇ ਇਸ ਰੁਖ ਨੂੰ ਲੈ ਕੇ ਰਾਹੁਲ ਗਾਂਧੀ ਵੀ ਸਟੇਜ ਤੋਂ ਮੂਕ ਸਹਿਮਤੀ ਦੰਦੇ ਦਿਖਾਈ ਰਾਹੁਲ ਗਾਂਧੀ ਵੀ ਸਮਝਦੇ ਨੇ ਵੀ ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਕਰ ਰਿਹਾ ਗੱਲ ਤਾਂ ਸਹੀ ਹੈ ਜੀ ਪਾਰਟੀਆਂ ਨੇ ਜਿਹੜੀਆਂ ਉਹ ਸਰਕਾਰੀ ਅਹੁਦਿਆਂ ਨੂੰ ਆਪਣੇ ਰਿਸ਼ਤੇਦਾਰਾਂ 'ਚ ਹੀ ਵੰਡਦੀਆਂ ਨੇ ਤੁਸੀਂ ਸ਼ਰਾਬ ਦੇ ਠੇਕਿਆਂ ਤੇ ਆਰਟੀਆਈ ਪਾ ਲਓ ਜੀ ਤੁਸੀਂ ਜਿੰਨੇ ਲੀਡਰ ਨੇ ਵੱਡੀ ਗਿਣਤੀ ਲੀਡਰਾਂ ਦਾ ਕੰਮ ਸ਼ਰਾਬ ਦਾ ਕੋਈ ਸ਼ਰਾਬ ਦੀ ਰਿਫਾਇਨਰੀ ਲਈ ਬੈਠਾ ਹੈ ਕਿਸੇ ਨੇ ਸ਼ਰਾਬ ਦੀ ਕੰਪਨੀ ਬਣਾਲੀ ਕੋਈ ਕੰਪਨੀ ਚ ਡਾਇਰੈਕਟਰ ਬਣ ਗਿਆ ਕਿਸੇ ਦਾ ਪੁੱਤ ਡਾਇਰੈਕਟਰ ਬਣ ਗਿਆ ਕਿਸੇ ਦਾ ਤਾਇਆ ਬਣ ਗਿਆ ਕਿਸੇ ਨੇ ਸ਼ਰਾਬ ਦਾ ਠੇਕਾ ਖੋਲ ਲਿਆ ਐਲ 13 ਦਾ ਲਾਇਸੈਂਸ ਲੈ ਲਿਆ ਇੱਕ ਦੂਜਾ ਐਂ ਲੀਡਰਾਂ ਦੇ ਰਿਸ਼ਤੇਦਾਰ ਰੇਤੇ ਰੇਤੇ ਦੇ ਕੰਮ ਚ ਹਿੱਸੇਦਾਰੀਆਂ ਪਾਲੀਆਂ ਕਹੇ ਨੇ ਦੋਸਤ ਨੂੰ ਨਾਲ ਰਲਾਲਿਆ ਉਹਨੂੰ ਠੇਕੇ ਦਾ ਕੰਮ ਦੇਤਾ ਰੇਤੇ ਦਾ ਉਹਦੇ ਨਾਲ ਹਿੱਸੇਦਾਰੀ ਬਣਾ ਲਈ ਅਸਿੱਧੇ ਤੌਰ ਤੇ ਲੁਕਮੀ ਜੀ ਹੁਣ ਨਵਜੋਤ ਸਿੰਘ ਸਿੱਧੂ ਖੜ ਗਿਆ ਇਹਨਾਂ ਸਾਰੀਆਂ ਚੀਜ਼ਾਂ ਤੋਂ ਹੁਣ ਕਾਂਗਰਸੀ ਲੀਡਰ ਡਰੇ ਪਏ ਨੇ ਵੀ ਰਾਹੁਲ ਗਾਂਧੀ ਨੇ ਥਾਪੀ ਦੇ ਰੱਖੀ ਆ ਨਵਜੋਤ ਸਿੰਘ ਸਿੱਧੂ ਨੂੰ ਜੀ ਤੇ ਹੁਣ ਪਤਾ ਨਹੀਂ ਜੇ ਸਰਕਾਰ ਕਾਂਗਰਸ ਦੀ ਬਣ ਵੀ ਗਈ ਤੇ ਬਣੂਗਾ ਕੀ ਅੱਗੇ ਸੋ ਇਸ ਵਾਰ ਜਿਹੜੇ ਐਮਐਲਏ ਬਣ ਗਏ ਜਾਂ ਮੰਤਰੀ ਬਣ ਗਏ ਉਹ ਬਣ ਗਏ ਉਹਨਾਂ ਦੇ ਟੱਬਰਾਂ ਚੋਂ ਤਾਂ ਨਹੀਂ ਨਵਜੋਤ ਸਿੰਘ ਸਿੱਧੂ ਕਿਸੇ ਨੂੰ ਅੱਗੇ ਆਉਣ ਦਿੰਦਾ ਵਰਕਰਾਂ ਨੂੰ ਚੇਅਰਮੈਨੀਆਂ ਦਊਗਾ ਜੇ ਸਰਕਾਰ ਕਾਂਗਰਸ ਦੀ ਆ ਗਈ ਸਿੱਧੂ ਕਹਿੰਦਾ ਵਰਕਰ ਲੱਗਣਗੇ ਚੇਅਰਮੈਨ ਇਹ ਸਭ ਹੁਸ਼ਿਆਰਪੁਰ ਵਾਲੀ ਕਾਂਗਰਸ ਦੀ ਰੈਲੀ ਤੋਂ ਬਾਅਦ ਸੀਐਮ ਚੰਨੀ ਜਿਹੜੇ ਆ ਉਹ ਲਗਾਤਾਰ ਚਰਚਾ 'ਚ ਬਣੇ ਹੋਏ ਕਹਿੰਦੇ ਸੀਐਮ ਜਿਹੜੇ ਚੰਨੀ ਆ ਉਹਨਾਂ ਨੂੰ ਕੋੜਾ ਕੋਟ ਪਰਣਾ ਪੈ ਗਿਆ ਕਿਹੜਾ ਕੋੜਾ ਕੋਟ ਪਰਣਾ ਪੈ ਗਿਆ ਸੀਐਮ ਚ ਦੇਖੋ ਇਹ ਨਾ ਬੜੀ ਵਿਚਿੱਤਰ ਜੀ ਸਥਿਤੀ ਬਣੀ ਜੀ ਮੈਨੂੰ ਪਤਾ ਲੱਗਿਆ ਹੈ ਕਿ ਉਹ ਜਿਹੜੀ ਧੂਰੀ ਰੈਲੀ ਹੋਈ ਸੀ ਨਵਜੋਤ ਸਿੰਘ ਸਿੱਧੂ ਦਾ ਹੈਲੀਕਾਪਟਰ ਦੂਰ ਲਹਾਤਾ ਕਹਿੰਦੇ ਜੀ ਕਾਂਗਰਸ ਵੀ ਕਈ ਲੀਡਰ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਪ੍ਰਸਿੱਧੀ ਤੋਂ ਚਿੜਦੇ ਨੇ ਜੀ ਉਹਨਾਂ ਨੂੰ ਪਤਾ ਵੀ ਜਿੱਥੇ ਨਵਜੋਤ ਸਿੰਘ ਸਿੱਧੂ ਆ ਜਾਂਦਾ ਮੇਲਾ ਲੁੱਟ ਕੇ ਲੈ ਜਾਂਦਾ ਜਿਵੇਂ ਦਾਰਾ ਸਿੰਘ ਸੀ ਆਪਣੇ ਜੀ ਜੀ ਦਾਰਾ ਸਿੰਘ ਜਿਹੜੇ ਕੁਸ਼ਤੀ ਦੇ ਮੁਕਾਬਲੇ 'ਚ ਜਾਂਦੇ ਸੀ ਮੇਲਾ ਲੁੱਟ ਲੈਂਦੇ ਸੀ ਮੁਰਗੇ ਦਾਰਾ ਸਿੰਘ ਫਿਲਮਾਂ 'ਚ ਆ ਗਏ ਪੰਜਾਬੀ ਫਿਲਮਾਂ 'ਚ ਜੀ ਦਾਰਾ ਸਿੰਘ ਹੋ ਗਏ ਮੇਰ ਮਿੱਤਲ ਹੋ ਗਏ ਜੀ ਇਹ ਜਿਹੜੀ ਫਿਲਮ 'ਚ ਹੁੰਦੇ ਸੀ ਮੇਲਾ ਲੁੱਟ ਜਾਂਦੇ ਸੀ ਫਿਲਮਾਂ ਹੀ ਇਹਨਾਂ ਦੀਆਂ ਚੱਲਦੀਆਂ ਸੀ ਜੀ ਮੇਰ ਮਿੱਤਲ ਨੇ ਵੀ ਬੜੀਆਂ ਕਮੇਡੀ ਫਿਲਮਾਂ 'ਚ ਹਿੱਸਾ ਲਿਆ ਦਾਰਾ ਸਿੰਘ ਨੇ ਵੀ ਕਿੰਨੀਆਂ ਫਿਲਮਾਂ 'ਚ ਹਿੱਸਾ ਲਿਆ ਫਿਰ ਤੁਸੀਂ ਦੇਖੋ ਹਿੰਦੀ ਦਾ ਇੱਕ ਸੀਰੀਅਲ ਸੀ ਆਪਣਾ ਧਾਰਮਿਕ ਰਮਾਇਣ ਜੀ ਰਮਾਇਣ 'ਚ ਦਾਰਾ ਸਿੰਘ ਨੇ ਭੂਮਿਕਾ ਨਿਭਾਈ ਮੈਂ ਕਹਿੰਦਾ ਅਸੀਂ ਜਦੋਂ ਕ੍ਰਿਕਟ ਖੇਡਦੇ ਹੁੰਦੇ ਸੀ ਛੋਟੇ ਹੁੰਦੇ ਅਸੀਂ ਟਾਈਮ ਪਤਾ ਕੀ ਦੰਦੇ ਸੀ ਮੈਚ ਦਾ ਕਿ ਰਮਾਇਣ ਤੋਂ ਬਾਅਦ ਜਿਹੜਾ ਲੋਕਾਂ ਨੇ ਕੰਮ ਰੱਖਣਾ ਰਮਾਇਣ ਤੋਂ ਬਾਅਦ ਜੀ ਕਿਸੇ ਨੇ ਵਿਆਹ ਰੱਖਣਾ ਹੈ ਕਿਸੇ ਨੇ ਰਿਸੈਪਸ਼ਨ ਰੱਖਣੀ ਕਦੋਂ ਰਮਾਇਣ ਤੋਂ ਬਾਅਦ ਸੋ ਉਹਦੇ ਚ ਦਾਰਾ ਸਿੰਘ ਉਹਨਾਂ ਨੇ ਭੂਮਿਕਾ ਨਿਭਾਈ ਜੀ ਭਗਵਾਨ ਹਨੂਮਾਨ ਜੀ ਦੀ ਤੇ ਕਿੱਡੀ ਪ੍ਰਸਿੱਧੀ ਦਾਰਾ ਸਿੰਘ ਨੇ ਖੱਟ ਲਈ ਸੋ ਕੁਝ ਲੋਕ ਅਹਜੇ ਹੁੰਦੇ ਨੇ ਜਿਹੜੇ ਜਿਸ ਵੀ ਖੇਤਰ ਚ ਹੁੰਦੇ ਨੇ ਉਹ ਨਾਮ ਬੜਾ ਖੱਟਦੇ ਨੇ ਜੀ ਹੁਣ ਐ ਨਵਜੋਤ ਸਿੰਘ ਸਿੱਧੂ ਐ ਕਹਿੰਦੇ ਪ੍ਰਿੰਕਾ ਗਾਂਧੀ ਨੇ ਆਉਣਾ ਧੂਰੀ ਚ ਬਹੁਤ ਵੱਡੀ ਰੈਲੀ ਐ ਤੇ ਉਹਦਾ ਹੈਲੀਕਾਪਟਰ ਹੀ 5-6 ਕਿਲੋਮੀਟਰ ਦੂਰ ਲੈਂਡ ਕਰਾ ਦੋ ਸੋ ਨਵਜੋਤ ਸਿੰਘ ਸਿੱਧੂ ਦਾ ਹੈਲੀਕਾਪਟਰ ਹੀ ਦੂਰ ਲਹਾਤਾ ਉਥੇ ਪ੍ਰਿੰਕਾ ਗਾਂਧੀ ਪਹੁੰਚ ਗਈ ਸੁਨੀਲ ਜਾਖੜ ਪਹੁੰਚ ਗਏ ਚਰਨਜੀਤ ਚੰਨੀ ਦਾ ਹੈਲੀਕਾਪਟਰ ਵੀ ਨੇੜੇ ਉੱਥੇ ਹੀ ਮੈਦਾਨ ਤੇ ਲੈਂਡ ਹੋ ਗਿਆ ਇਹ ਸਾਰੇ ਆਪਣੇ ਖੇਤਾਂ ਚ ਘੁੰਮਦੇ ਰਹੇ ਸਾਗ ਸੂਗ ਨਾਲ ਰੋਟੀਆਂ ਖਾਧੀਆਂ ਮੋਟਰਾਂ ਮੂਟਰਾਂ ਤੇ ਵੀ ਗਏ ਆ ਤਸਵੀਰਾਂ ਤੁਸੀਂ ਦੇਖੀਆਂ ਪ੍ਰਿੰਕਾ ਗਾਂਧੀ ਨੂੰ ਵੀ ਮੋਟਰ ਦਿਖਾਈ ਖੇਤ ਦਿਖਾਏ ਕਣਕ ਲੱਗੀ ਹੋਈ ਸੀ ਉੱਥੇ ਪਾਣੀ ਵੀ ਜਾ ਰਿਹਾ ਸੀ ਖਾਲਾਂ 'ਚ ਹੁਣ ਸਵਾਲ ਇਹ ਹੈ ਕਿ ਅਗਲੇ ਦਿਨ ਫਿਰ ਰਾਹੁਲ ਗਾਂਧੀ ਦਾ ਪ੍ਰੋਗਰਾਮ ਸੀ ਨਵਜੋਤ ਸਿੰਘ ਸਿੱਧੂ ਨੂੰ ਨਾਲ ਹੀ ਲੈ ਲਿਆ ਰਾਹੁਲ ਗਾਂਧੀ ਨੇ ਅੰਮ੍ਰਿਤਸਰੋਂ ਹੈਲੀਕਾਪਟਰ 'ਚ ਨਾਲ ਹੀ ਬਿਠਾ ਲਿਆ ਰਾਹੁਲ ਗਾਂਧੀ ਨੇ ਤੇ ਚਲੇ ਗਏ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਪ੍ਰੋਗਰਾਮਾਂ 'ਚ ਉਧਰ ਚਰਨਜੀਤ ਚੰਨੀ ਨੇ ਵੀ ਆਉਣਾ ਸੀ ਚਰਨਜੀਤ ਚੰਨੀ ਤਿਆਰ ਤੁਰ ਹੋ ਕੇ ਲੋਈ ਲੈ ਕੇ ਕ੍ਰੀਮ ਰੰਗ ਦੀ ਬਹਿ ਗਏ ਹੈਲੀਕਾਪਟਰ 'ਚ 11 ਵਜੇ ਦੇ ਕਰੀਬ ਚੰਡੀਗੜ੍ਹੋਂ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਆਉਣਾ ਸੀ ਕਹਿੰਦੇ ਨਰਿੰਦਰ ਮੋਦੀ ਸਾਹਿਬ ਦੇ ਆਉਣ ਕਰਕੇ ਜਿਹੜੇ 에ਅਰ ਟ੍ਰੈਫਿਕ ਦੇ ਰੂਟ ਨੇ ਉਹ ਸਾਰੇ ਰੱਦ ਕਰਤੇ ਚਰਨਜੀਤ ਚੰਨੀ ਨੇ ਚਰਨਜੀਤ ਚੰਨੀ ਕਹਿੰਦੇ 3-4 ਘੰਟੇ ਹੈਲੀਕਾਪਟਰ 'ਤੇ ਉਡੀਕਦੇ ਰਹੇ ਜੀ ਵੀ ਹੁਣ ਮੇਰਾ ਹੈਲੀਕਾਪਟਰ ਉੱਡੂਗਾ ਬੜੀ ਚਿੰਤਾ ਉਹਨਾਂ ਨੂੰ ਵੀ ਉਧਰ ਤਾਂ ਸਿੱਧੂ ਬੋਲੀ ਜਾਂਦਾ ਮੰਚ 'ਤੇ ਉਧਰ ਰੈਲੀ ਸ਼ੁਰੂ ਹੋ ਗਈ ਰਾਹੁਲ ਗਾਂਧੀ ਬੋਲੀ ਜਾਂਦਾ ਉਹਨਾਂ ਦਾ ਚਿਤ ਕਰੇ ਵੀ ਮੈਂ ਵੀ ਉੱਥੇ ਪਹੁੰਚਾਂ ਕਿਉਂਕਿ ਮੁੱਖ ਮੰਤਰੀ ਦੇ ਚਿਹਰੇ ਨੇ ਜੀ ਚਰਨਜੀਤ ਚੰਨੀ ਨੂੰ ਵੀ ਸੁਣਨ ਆਉਂਦੇ ਨੇ ਲੋਕ ਹਾਸੇ ਚਰਨਜੀਤ ਚੰਨੀ ਵੀ ਪਾਉਂਦਾ ਚਰਨਜੀਤ ਚੰਨੀ ਵੀ ਕਈ ਵਾਰੀ ਹਾਸੇ ਪਾਉਂਦੇ ਮੰਚ ਤੋਂ ਜਿਵੇਂ ਕਪਿਲ ਸ਼ਰਮਾ ਪਾਉਂਦਾ ਉਹ ਕਮੇਡੀਆਲ ਆ ਜੀ ਜਾਂ ਜਿਵੇਂ ਸੁਖਵੀਰ ਬਾਦਲ ਪਾਉਂਦਾ ਜਾਂ ਜਿਵੇਂ ਭਗਵੰਤ ਮਾਨ ਚੁਟਕਲੇ ਸੁਣਾਉਂਦਾ ਜੀ ਹਾਸੇ ਹਾਸ ਮਜੀਠੀਆ ਵੀ ਬੜੇ ਹਾਸੇ ਪਾਉਂਦੇ ਸੀ ਤੋਂ ਅੱਜ ਕੱਲ ਹਾਸੇ ਦੀ ਥਾਂ ਹੈ ਜੀ ਹਾਸੇ ਜ਼ਿੰਦਗੀ 'ਚ ਬਹੁਤ ਅਹਿਮੀਅਤ ਰੱਖਦੇ ਆ ਜੀ ਸੋ ਹਾਸਿਆਂ ਨੂੰ ਜ਼ਿੰਦਗੀ ਤੋਂ ਵੱਖਰੇ ਨਹੀਂ ਕੀਤਾ ਜਾ ਸਕਦਾ ਨਵਜੋਤ ਸਿੰਘ ਸਿੱਧੂ ਨੂੰ ਤਾਂ ਦੇਖੋ ਨਵਜੋਤ ਸਿੰਘ ਸਿੱਧੂ ਨੇ ਤਾਂ ਹੱਸ ਹੱਸ ਕੇ ਕਿੰਨੇ ਪੈਸੇ ਕਮਾਏ ਤੇ ਲੋਕਾਂ ਨੂੰ ਹਸਾਇਆ ਜੀ ਵਪਾਰੀ ਬੜਾ ਵਧੀਆ ਨਵਜੋਤ ਸਿੰਘ ਸਿੱਧੂ ਦਾ ਤਾਂ ਜੀ ਪਰ ਕਈਆਂ ਨੂੰ ਨਵਜੋਤ ਸਿੰਘ ਸਿੱਧੂ ਦਾ ਹਾਸਾ ਜਰਿਆ ਨਹੀਂ ਗਿਆ ਜੀ ਬੰਦ ਕਰਾਤਾ ਸ਼ੋਅ ਚ ਜਾਣਾ ਨਵਜੋਤ ਸਿੰਘ ਸਿੱਧੂ ਜੀ ਚਲੋ ਪਰ ਸਿੱਧੂ ਨੇ ਹਾਸੇ ਫਿਰ ਵੀ ਲੋਕਾਂ ਦੇ ਭਲੇ ਦੇ ਵਿੱਚ ਦੇਖੇ ਵੀ ਲੋਕਾਂ ਦਾ ਭਲਾ ਕਰੋ ਤੇ ਮੁਸਕਰਾਹਟ ਦਿਓ ਲੋਕਾਂ ਨੂੰ ਚਲੋ ਇਹ ਤਾਂ ਗੱਲ ਸਿੱਧੂ ਦੀ ਹੋ ਗਈ ਬਾਕੀ ਵੀ ਨਰਿੰਦਰ ਮੋਦੀ ਵੀ ਦੇਖੋ ਜਦੋਂ ਕੋਵਿਡ ਦਾ ਸਮਾਂ ਸੀ ਕਿੰਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਨੇ ਵੀ ਰਾਸ਼ਨ ਵੰਡਿਆ ਜੀ ਜੀ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਲਿਆਂਦੀ ਪ੍ਰਧਾਨ ਮੰਤਰੀ ਨੇ ਵੀ ਹੁਣ ਵੀ ਪ੍ਰਧਾਨ ਮੰਤਰੀ ਕੱਲ ਜਦੋਂ ਆਏ ਰੈਲੀ 'ਚ ਜਲੰਧਰ ਉਹਨਾਂ ਨੇ ਬੋਲਿਆ ਕਿ 23 ਲੱਖ ਕਰੀਬ ਕਿਸਾਨ ਨੇ ਪੰਜਾਬ 'ਚ ਜਿਨ੍ਹਾਂ ਦੇ ਖਾਤਿਆਂ 'ਚ ਜਿਹੜੀ ਸਨਮਾਨ ਨਿਧੀ ਦਾ ਪੈਸਾ ਉਹ ਜਾਂਦਾ ਉਹ ਸਾਲ 'ਚ ਕਿਸ਼ਤ ਜਾਂਦੀ ਹੈ ਨਾ ਇੱਕ ਜੀ ਜੀ 4000 ਦੀ ਜਾਂਦੀ ਮੇਰੇ ਖਿਆਲ ਤਿੰਨ ਵਾਰ ਜਾਂਦੀ ਹੈ ਸਾਲ 'ਚ 4-4000 ਰੁਪਏ ਜੇ ਮੈਂ ਗਲਤ ਨਹੀਂ ਤਾਂ ਤਿੰਨ ਵਾਰ ਖਾਤਿਆਂ 'ਚ ਪੈਂਦਾ ਜਿਹਦੇ ਖਾਤੇ 'ਚ 4000 ਪੈਂਦਾ ਹੋਵੇ ਉਹਨੂੰ ਕੁਝ ਤਾਂ ਸੰਤੁਸ਼ਟੀ ਹੁੰਦੀ ਹੈ ਨਾ ਵੀ ਚਲੋ ਕੁਝ ਤਾਂ ਆਇਆ ਜੀ ਹਾਲਾਂਕਿ ਹੱਕ MSP ਦਾ ਫਸਲਾਂ ਦਾ ਸਾਨੂੰ ਹੋਰ ਮਿਲਣਾ ਚਾਹੀਦਾ ਉਹ ਲੜਾਈ ਕਿਸਾਨਾਂ ਦੀ ਚੱਲ ਰਹੀ ਅਸੀਂ ਵੀ ਨਾਲ ਆ ਪਰ ਪ੍ਰਧਾਨ ਮੰਤਰੀ ਸਾਹਿਬ ਨੇ ਫਿਰ ਜਦੋਂ ਰੈਲੀ ਕੀਤੀ ਉਦੋਂ ਦੱਸਿਆ ਕਹਿੰਦੇ 2014 ਚ ਮੈਂ ਪਠਾਨਕੋਟ ਆਇਆ ਸੀ ਹੈਲੀਕਾਪਟਰ ਚ ਤੇ ਉਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਉਦੋਂ ਰਾਹੁਲ ਗਾਂਧੀ ਕਰਕੇ ਮੇਰਾ ਚੌਪਰ ਵੀ ਪਠਾਨਕੋਟੋਂ ਉੱਡਣ ਨਹੀਂ ਸੀ ਦਿੱਤਾ ਵੀ ਮੈਂ ਬੜਾ ਇੰਤਜ਼ਾਰ ਕੀਤਾ ਜੀ ਤੇ ਇਸ ਗੱਲਾਂ-ਗੱਲਾਂ 'ਚ ਉਹਨਾਂ ਨੇ ਕਿਹਾ ਉਧਰ ਚਰਨਜੀਤ ਚੰਨੀ ਮੀਡੀਆ 'ਚ ਬਿਆਨ ਦੇ ਰਹੇ ਸੀ ਵੀ ਮੇਰਾ ਹੈਲੀਕਾਪਟਰ ਨਹੀਂ ਉੱਡ ਰਿਆ। ਜੀ। ਇੱਕ ਚੈਨਲ ਹੈ ਖਬਰਾਂ ਦਾ ਕੌਮੀ। ਉਹਦਾ ਐਂਕਰ ਵੀ ਇੰਟਰਵਿਊ ਕਰੀ ਜਾਂਦਾ ਸੀ ਵੀ ਚੰਨੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਚੰਨੀ ਸਾਹਿਬ ਕਹਿੰਦੇ ਵੀ ਅਸੀਂ ਤਾਂ ਉਡਿੱਕੀ ਜਾਂਦੇ ਹਾਂ ਇਹ ਤਾਂ ਗਲਤ ਹੈ ਇਦਾਂ ਨਹੀਂ ਹੋਣਾ ਚਾਹੀਦਾ ਚੰਨੀ ਨੂੰ ਪਰ ਕੌੜਾ ਘੁੱਟ ਭਰਨਾ ਪਿਆ ਚੰਨੀ ਸਾਹਿਬ ਜਾ ਨਹੀਂ ਸਕੇ। ਜੀ। ਚੰਨੀ ਸਾਹਿਬ ਕਹਿੰਦੇ ਕੱਲ ਹੀ ਦੱਸ ਦੰਦੇ ਮੈਨੂੰ ਮੈਂ ਕਾਰ 'ਚ ਚਲਾ ਜਾਂਦਾ। ਉੰਜ ਚੰਨੀ ਸਾਹਿਬ ਮੈਂ ਪਿਛਲੇ ਸਮਿਆਂ 'ਚ ਦੇਖੇ ਨੇ ਹੈਲੀਕਾਪਟਰ ਦੀ ਵਰਤੋਂ ਬੜੀ ਕੀਤੀ ਚੰਨੀ ਸਾਹਿਬ ਨੇ ਗੁਰੇਜ਼ ਨਹੀਂ ਕਰਦੇ ਹੈਲੀਕਾਪਟਰ ਤੋਂ ਚੰਨੀ ਸਾਹਿਬ ਬੱਚਿਆਂ ਨੂੰ ਵੀ ਝੂਟੇ ਦਵਾਈ ਪਿੱਛੇ ਦੇ ਹੈਲੀਕਾਪਟਰ 'ਚ ਬੜਾ ਚੰਗਾ ਲੱਗਿਆ ਜਦੋਂ ਅਸੀਂ ਛੋਟੇ ਸੀ ਉਦੋਂ ਵੀ ਜੇ ਕੋਈ ਚੰਨੀ ਮੁੱਖ ਮੰਤਰੀ ਹੁੰਦਾ ਤੇ ਅਸੀਂ ਵੀ ਝੂਟਾ ਲਾ ਲੈਂਦੇ ਹੈਲੀਕਾਪਟਰ 'ਚ ਸੋ ਚੰਨੀ ਸਾਹਿਬ ਨੇ ਪੰਜਾਬ ਦੇ ਹੈਲੀਕਾਪਟਰ ਨੂੰ ਸਰਕਾਰ ਵਾਲੇ ਨੂੰ ਵੀ ਪਹਿਲਾਂ ਬਹੁਤ ਵਰਤਿਆ ਹੁਣ ਤਾਂ ਮੈਨੂੰ ਲੱਗਦਾ ਪਾਰਟੀ ਖਰਚਾ ਦਿੰਦੀ ਹੋਣੀ ਹੈ ਨਾ ਹੁਣ ਸਰਕਾਰੀ ਸ਼ਾਇਦ ਨਾ ਅਲਾਉਡ ਹੁੰਦਾ ਹੋਵੇ ਅਲਾਉਡ ਨਹੀਂ ਹੋਣਾ ਹੁਣ ਸਰਕਾਰੀ ਹੁਣ ਸਵਾਲ ਇਹ ਹੈ ਕਿ ਮੋਦੀ ਸਾਹਿਬ ਨੇ ਤਾਂ ਕਹਿਤਾ ਵੀ ਭਾਈ ਸਬਰ ਦਾ ਘੁੱਟ ਭਰੋ ਮੈਂ ਵੀ ਜਦੋਂ ਰਾਹੁਲ ਗਾਂਧੀ युवराज ਉਹਨਾਂ ਨੇ ਕਿਹਾ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀ ਤਾਂ ਉਹਨਾਂ ਨੇ ਵੀ ਪੰਜਾਬ ਚ ਕਿਤੇ ਉਡਾਣ ਭਰਨੀ ਸੀ ਤੇ ਮੇਰਾ ਹੈਲੀਕਾਪਟਰ ਰੁਕਿਆ ਰਿਹਾ 2014 ਤੱਕ ਤੇ ਜੇ ਹੁਣ ਥੋੜਾ ਰੁਕ ਗਿਆ ਇਹ ਤਾਂ 에ਅਰ ਟ੍ਰੈਫਿਕ ਇਹ ਤਾਂ ਜਿਹੜੇ ਪਰਮਿਸ਼ਨ ਦੰਦੇ ਨੇ ਉਹਨਾਂ ਦੇ ਉੱਤੇ ਨਿਰਭਰ ਕਰਦਾ ਪਰ ਰਾਹੁਲ ਗਾਂਧੀ ਦਾ ਹੈਲੀਕਾਪਟਰ ਤਾਂ ਚੱਲੀ ਜਾਂਦਾ ਰਿਹਾ ਉਹ ਨਹੀਂ ਕੋਈ ਰੋਕਿਆ ਕਿਉਂਕਿ ਅਮਰਸਰੋਂ ਓਡਿਆ ਸੀ ਪਰ ਚੰਨੀ ਸਾਹਿਬ ਨੂੰ ਕੌੜਾ ਕੁੱਟ ਕਰਨ ਭਰਨਾ ਪਿਆ ਹੋ ਜਾਂਦਾ ਕਦੀ ਕਦੀ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਸਿਆਸਤ 'ਚ ਕੋਈ ਬਾਲਾ ਗੁੱਸਾ ਕਰਨ ਵਾਲੀ ਗੱਲ ਨਹੀਂ ਹੁੰਦੀ ਜੀ ਕੇਜਰੀਵਾਲ ਸਾਹਿਬ ਦੀ ਗੱਲ ਕਰ ਲੈਣੇ ਆ ਸਰ ਪ੍ਰੈਸ ਕਾਨਫਰੰਸ ਕਰਕੇ ਕੇਜਰੀਵਾਲ ਨੇ ਇਲਜ਼ਾਮ ਲਾਇਆ ਵੀ ਸਾਰੇ ਸਿਆਸੀ ਪਾਰਟੀਆਂ ਦੇ ਆਗੂ ਮੈਨੂੰ ਤੇ ਭਗਵੰਤ ਮਾਨ ਨੂੰ ਕੋਸੀ ਜਾ ਰਿਹਾ ਹੈ ਕੋਈ ਸਿਹਤਮੰਦ ਰਾਜਨੀਤੀ ਨਹੀਂ ਕਰ ਰਹੇ ਸਿਰਫ ਸਾਡਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਨੇ ਇਹ ਤੱਕ ਕਹਿ ਦਿੱਤਾ ਕਿ ਸਾਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਕਿਵੇਂ ਦੇਖੋ ਮੈਂ ਤਾਂ ਨਹੀਂ ਸੁਣਿਆ ਦੇਖੋ ਭਗਵੰਤ ਮਾਨ ਜਾਂ ਨਵਜੋਤ ਸਿੰਘ ਸਿੱਧੂ ਅਰਵਿੰਦ ਕੇਜਰੀਵਾਲ ਨੂੰ ਗਾਲ ਕੱਢਦਾ ਹੋਵੇ ਵਿਆਨ ਸੁਖਬੀਰ ਬਾਦਲੀਆਂ ਵਿਰੋਧੀ ਅਰਵਿੰਦ ਕੇਜਰੀਵਾਲ ਨੂੰ ਗਾਲਾਂ ਕੱਢਦੇ ਹੋਵੇ ਜੇ ਗਾਲਾਂ ਕੱਢਦੇ ਹੋਣ ਨਾ ਟੈਲੀਵਿਜ਼ਨ ਵਾਲੇ ਅੱਜਕੱਲ ਗਾਲ ਚਲਾ ਦਿੰਦੇ ਆ ਗਾਲ ਚਲਾ ਕੇ ਵਿੱਚ ਪੀ ਪੀ ਦੀ ਲਾ ਦਿੰਦੇ ਆ ਜੀ ਜੀ ਮੈਂ ਨਹੀਂ ਸੁਣਿਆ ਇਹਨਾਂ ਦੇ ਭਾਸ਼ਣਾ ਤੇ ਸਿੱਧੂ ਦੇ ਭਾਸ਼ਣਾ ਤੇ ਜਾਂ ਕੇ ਜਾਂ ਸੁਖਬੀਰ ਦੇ ਭਾਸ਼ਣਾ ਤੇ ਮੈਂ ਇੱਕ ਵਾਰੀ ਨਾ ਰঞ্জੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ ਦੇ ਬੜੇ ਸੀਨੀਅਰ ਲੀਡਰ ਨੇ ਉਹਨਾਂ ਨੇ ਇੱਕ ਵਾਰੀ ਮਜੀਠੀਏ ਨੂੰ ਇਹੋ ਜੀ ਗੱਲ ਕਹੀ ਸੀ ਹੁਣ ਮੇਰਾ ਹਾਸਾ ਵੀ ਨਿਕਲਦਾ ਇਸ ਗੱਲ ਤੇ ਜਗਦੀਸ਼ ਜੀ ਉਹਨੇ ਵਿਕਰਮ ਮਜੀਠੀਏ ਨੂੰ ਕੋਈ ਐਹ ਜੀ ਗਾਲ ਨੁਮਾ ਗੱਲ ਕਹੀ ਸੀ ਗਾਲ ਨੁਮਾ ਗੱਲ ਤੇ ਉਹ ਜਦੋਂ ਉਹ ਇੱਕ ਚੈਨਲ ਵਾਲੇ ਨੇ ਅਖਬਾਰ ਵੀ ਹੈ ਜਿਨ੍ਹਾਂ ਦਾ ਜੀ ਜੀ ਉਹਨਾਂ ਦੇ ਦੇ ਦੋ ਚਲਾਈ ਤੇ ਉਹ ਪੀ ਪੀ ਦੀ ਲਾਦੰਦੇ ਆ ਉਹਦੇ ਤੇ ਪੀ ਪੀ ਲਾਤੀ ਤੇ ਉਹ ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਹਨਾਂ ਨੇ ਕੋਈ ਐਹ ਜੀ ਗੱਲ ਕਹੀ ਸੀ ਬਿਕਰਮ ਦੀਠੇ ਬਾਰੇ ਪਤਾ ਹੀ ਹੋਣਾ ਪੰਜਾਬੀਆਂ ਨੇ ਪੀ ਪੀ ਚ ਵੀ ਸਮਝ ਜਾਂਦੇ ਆ ਵੀ ਕੀ ਕਿਹਾ ਹੋਣਾ ਪਰ ਕੇਦਰੀਆਲ ਨੂੰ ਮੈਂ ਨਹੀਂ ਸੁਣਿਆ ਜੀ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੋਈ ਗਾਲ ਕੱਢੀ ਹੋਵੇ ਕੋਈ ਗਾਲਾਂ ਸੁਖਬੀਰ ਬਾਦਲ ਨੇ ਕੱਢੀਆਂ ਹੋਣ ਕੋਈ ਗਾਲਾਂ ਸਾਡੇ ਨਵਜੋਤ ਸਿੰਘ ਸਿੱਧੂ ਨੇ ਕੱਢੀਆਂ ਹੋਣ ਸਾਡੇ ਕਿਸਾਨ ਮੋਰਚੇ ਨੇ ਕੱਢੀਆਂ ਹੋਣ ਸਾਡੇ ਭਾਜਪਾ ਵਾਲੇ ਤਾਂ ਜਮ੍ਹਾਂ ਨਹੀਂ ਗਾਲਾਂ ਕੱਢਦੇ ਜੀ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਗਾਲਾਂ ਕੱਢੀਆਂ ਹੋਣ ਅਰਵਿੰਦ ਕੇਜਰੀਵਾਲ ਨੂੰ ਹੁਣ ਅਰਵਿੰਦ ਕੇਜਰੀਵਾਲ ਨੂੰ ਪਤਾ ਨਹੀਂ ਇਹ ਜੀ ਗੱਲ ਕਿਉਂ ਕਈ ਵਾਰੀ ਮੁੱਦੇ ਤੋਂ ਕਈ ਵਾਰੀ ਨਾ ਮੁੱਦਾ ਨਹੀਂ ਹੁੰਦਾ ਪਾਰਟੀਆਂ ਕੋਲੇ ਦੇਖੋ ਉਦਾਂ ਹਰ ਪਾਰਟੀ ਨੂੰ ਲੱਗ ਰਿਹਾ ਸਾਡੀ ਲਹਿਰ ਆਪ ਵਾਲੇ ਵੀ ਬੜੇ ਖੁਸ਼ ਆ ਝਾੜੂ ਵਾਲੇ ਉਹ ਕਹਿੰਦੇ ਅਸੀਂ ਸੋਝਾ ਫੇਰ ਦੇਣਾ ਸਾਡੀ ਲਹਿਰ ਆ ਆ ਕਾਂਗਰਸ ਵਾਲੇ ਕਹਿੰਦੇ ਚੰਨੀ ਚੰਨੀ ਹੋਈ ਪ ਬੀਜੇਪੀ ਵਾਲੇ ਕਹਿੰਦੇ ਦੇਖੋ ਮੋਦੀ ਸਾਹਿਬ ਆਏ ਬੀਜੇਪੀ ਵਾਲੇ ਬੜੇ ਖੁਸ਼ ਕਹਿੰਦੇ ਮੋਦੀ ਸਾਹਿਬ ਦੇ ਭਾਸ਼ਣ ਸੁਣੋ ਸਾਡੇ ਬੜੇ ਲੀਡਰ ਸ਼ਾਮਲ ਹੋ ਰਹੇ ਨੇ ਕੱਲ ਬੀਬੀ ਮਨੀਸ਼ਾ ਘਲਾਟੀ ਸ਼ਾਮਲ ਹੋ ਗਏ ਜਿਹੜੇ ਪਹਿਲਾਂ ਚੇਅਰਮੈਨ ਸੀ ਜੀ ਵਿਮਨ ਕਮਿਸ਼ਨ ਦੇ ਬੀਜੇਪੀ ਵਾਲੇ ਕਹਿੰਦੇ ਸਾਰੇ ਲੀਡਰ ਸਾਡੇ ਚ ਸ਼ਾਮਲ ਹੋ ਜਾਂਦੇ ਸਾਡੀ ਲਹਿਰ ਹੈ ਜੀ ਕਾਂਗਰਸ ਵਾਲੇ ਕਹਿੰਦੇ ਸਾਡੀ ਲਹਿਰ ਹੈ ਸੰਯੁਕਤ ਸਮਾਜ ਮੋਰਚਾ ਕਹਿੰਦੇ ਸਾਡੀ ਲਹਿਰ ਹੈ ਬਸਪਾ ਵਾਲੇ ਕਹਿੰਦੇ ਸਾਡੀ ਲਹਿਰ ਹੈ ਸੁਖਬੀਰ ਬਾਦਲ ਕਹਿੰਦੇ ਲਹਿਰੀ ਸਾਡੀ ਹੈ ਜੀ ਹੁਣ ਕੇਦਰੀয়াল ਸਾਹਿਬ ਕਹਿੰਦੇ ਵਿਰੋਧੀ ਲੀਡਰ ਸਾਨੂੰ ਗਾਲਾਂ ਕੱਢੀ ਜਾਂਦੇ ਮੈਨੂੰ ਤੇ ਭਗਵੰਤ ਮਾਨ ਨੂੰ ਦੇਖੋ ਮੈਂ ਨਹੀਂ ਗਾਲਾਂ ਸੁਣੀਆਂ ਜੇ ਕਿਸੇ ਨੇ ਕੋਈ ਗਾਲ ਸੁਣੀ ਹੋਵੇ ਭਾਈ ਕਮੈਂਟਾਂ ਚ ਜਰੂਰ ਦੱਸ ਦਿਓ ਵੀ ਕੇਦਰੀয়াল ਨੂੰ ਆ ਗਾਲ ਕੱਢੀ ਸੀ ਗਾਲ ਨਾ ਲਿਖਿਓ ਬੰਦੇ ਦਾ ਨਾਮ ਲੈ ਦਿਓ ਵੀ ਉਹਨੇ ਗਾਲ ਕੱਢੀ ਸੀ ਅਸਲ ਚ ਮੁੱਦੇ ਹੈ ਨਹੀਂ ਕਈ ਵਾਰੀ ਹੁਣ ਕੇਦਰੀয়াল ਸਾਹਿਬ ਨੂੰ ਵੀ ਰੋਜ਼ ਪ੍ਰੈਸ ਕਾਨਫਰੰਸ ਕਰਨੀ ਪੈਂਦੀ ਉਹ ਠੀਕ ਹੈ ਆਮ ਆਦਮੀ ਪਾਰਟੀ ਨੇ ਕਈ ਲੀਡਰ ਚੰਗੇ ਦਿੱਤੇ ਪਰ ਆਮ ਆਦਮੀ ਪਾਰਟੀ ਨੇ ਕਈ ਲੀਡਰ ਦੂਜੀਆਂ ਪਾਰਟੀਆਂ ਦੇ ਵੀ ਦਿੱਤੇ ਹੈ ਰਾਤ ਨੂੰ ਕਾਂਗਰਸ ਸੀ ਸਵੇਰ ਨੂੰ ਆਪ ਦੀ ਟਿਕਟ ਰਾਤ ਨੂੰ ਅਕਾਲੀ ਦਲ ਚ ਸੀ ਸਵੇਰ ਨੂੰ ਆਪ ਦੀ ਟਿਕਟ ਇਸ ਕਰਕੇ ਕੜਮਾਸੇ ਜਾਂ ਮੱਚਿਆ ਪਿਆ ਕਿ ਕਈ ਲੋਕਾਂ ਨੂੰ ਸਮਝ ਨਹੀਂ ਆ ਰਹੀ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਈਏ ਜਾਂ ਕਾਂਗਰਸ ਨੂੰ ਕਿਉਂਕਿ ਉਹਨਾਂ ਨੂੰ ਲੀਡਰ ਦਾ ਨਾਮ ਪਤਾ ਹੁੰਦਾ ਉਹ ਲੀਡਰ ਕਾਂਗਰਸੀ ਹੁੰਦਾ ਪਰ ਪਤਾ ਬਾਅਦ ਚ ਲੱਗ ਰਿਹਾ ਵੀ ਇਹ ਤਾਂ ਆਮ ਆਦਮੀ ਪਾਰਟੀ ਚ ਲਿਆ ਗਿਆ ਇਹ ਜੇ ਭਲੇਖੇ ਜੇ ਵੀ ਬੜੇ ਨਿਆਤ ਕੀ ਪਰ ਇੱਕ ਸਵਾਲ ਹੈ ਜਿਹਦਾ ਜਵਾਬ ਕੇਜਰੀਵਾਲ ਸਾਹਿਬ ਨੇ ਨਹੀਂ ਦਿੱਤਾ ਇਹ ਸਵਾਲ ਦਾ ਜਵਾਬ ਲੀਡਰ ਕੇਜਰੀਵਾਲ ਸਾਹਿਬ ਤੋਂ ਵੀ ਪੁੱਛਣ ਨਵਜੋਤ ਸਿੰਘ ਸਿੱਧੂ ਉਹਨਾਂ ਤੋਂ ਵੀ ਪੁੱਛ ਸਕਦੇ ਨੇ ਹਣਾ ਮੈਂ ਕੋਈ ਤਰਫਦਾਰੀ ਨਹੀਂ ਕਰਨੀ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਪੁੱਛੋ ਨਵਜੋਤ ਸਿੰਘ ਸਿੱਧੂ ਜੀ ਤੋਂ ਵੀ ਅਰਵਿੰਦ ਕੇਜਰੀਵਾਲ ਜੀ ਤੋਂ ਵੀ ਬਾਰੀ-ਬਾਰੀ ਪੁੱਛੋ ਸੁਖਬੀਰ ਬਾਦਲ ਤੋਂ ਵੀ ਪੁੱਛੋ ਇਹ ਕਹਿੰਦੇ ਅਸੀਂ ਕੇਜਰੀਵਾਲ ਸਾਹਿਬ ਕਹਿੰਦੇ ਅਸੀਂ 1000 ਰੁਪਏ ਮਹਿਲਾਵਾਂ ਦੇ ਖਾਤੇ 'ਚ ਪਾਵਾਂਗੇ ਕੇਜਰੀਵਾਲ ਸਾਹਿਬ ਨੂੰ ਕੋਈ ਇੱਕ ਡੇਟ ਦੱਸ ਦੋ ਜੇ ਤੁਹਾਡੀ ਸਰਕਾਰ ਆ ਗਈ ਕਿਸ ਡੇਟ ਤੋਂ ਪਾਵਾਂਗੇ ਬਸ ਆ ਜਵਾਬ ਲੈ ਲੈਣ ਵੋਟਰ ਪੋਲੀਟੀਕਲ ਪਾਰਟੀਆਂ ਵਾਲੇ ਵੀ ਇਹ ਜਵਾਬ ਮੰਗ ਲਓ ਕੇਜਰੀਵਾਲ ਸਾਹਿਬ ਤੋਂ ਵੀ ਸਾਨੂੰ ਇੱਕ ਡੇਟ ਦੇ ਦਿਓ ਜੀ 1 April 2022 ਤੋਂ ਪਾਵਾਂਗੇ ਆ ਅਪ੍ਰੈਲ ਜੇ ਤੁਹਾਡੀ ਸਰਕਾਰ ਬਣ ਗਈ ਆ ਪਾਲਿਓ ਕੀ 1 ਅਪ੍ਰੈਲ 2022 ਤੋਂ ਪਾਉਂਗੇ ਜਾਂ 1 ਅਪ੍ਰੈਲ 2023 ਤੋਂ ਪਾਉਂਗੇ ਹਜ਼ਾਰ ਰੁਪਏ ਖਾਤੇ 'ਚ ਜਾਂ 1 ਅਪ੍ਰੈਲ 2024 ਤੋਂ ਪਾਉਂਗੇ ਕਿਉਂਕਿ ਤੁਹਾਡੀ ਸਰਕਾਰ ਤਾਂ 5 ਸਾਲ ਲਈ ਬਣਨੀ ਹੈ ਜੇ ਬਣਨੀ ਹੈ ਇਸ ਕਰਕੇ ਕਿਉਂਕਿ ਕੈਪਟਨ ਅਮਰਿੰਦਰ ਦਾ ਤਜਰਬਾ ਕੌੜਾ ਹੈ ਕੈਪਟਨ ਅਮਰਿੰਦਰ ਕਹਿੰਦਾ ਸੀ ਵੀ ਕਿਸ਼ਤਾਂ ਨਾ ਮੋੜਿਓ ਕਰਜ਼ੇ ਦੀਆਂ ਜੀ ਮੇਰੀ ਸਰਕਾਰ ਆ ਗਈ ਕਰਜ਼ੇ ਮਾਫ ਲੋਕਾਂ ਨੇ ਕਿਸ਼ਤਾਂ ਨਹੀਂ ਮੋੜੀਆਂ ਵਿਆਜ ਚੜ ਗਏ ਕੈਪਟਨ ਅਮਰਿੰਦਰ ਦੀ ਸਰਕਾਰ ਆਈ ਕਹਿੰਦੇ ਸੀ ਮੈਂ ਸਾਰਿਆਂ ਦਾ ਕਰਜ਼ਾ ਮਾਫ ਹੋਊਗਾ ਝੂਠੇ ਨਿਕਲੇ ਨਹੀਂ ਹੋਇਆ ਦੇਖੋ ਤੁਹਾਡੇ ਸਾਹਮਣੇ ਝੂਠੇ ਵਾਦੇ ਘਰ ਘਰ ਨੌਕਰੀ ਨਹੀਂ ਮਿਲੀ ਘਰ ਘਰ ਨੌਕਰੀ ਇਸ ਕਰਕੇ ਜਿਹੜੀ ਹੁਣ ਅਰਵਿੰਦ ਕੇਜਰੀਵਾਲ ਨੇ ਗੱਲ ਕਹੀ ਹੈ ਵੀ ਹਜ਼ਾਰ ਰੁਪਿਆ ਮਹਲਾਵਾਂ ਦੇ ਖਾਤੇ 'ਚ ਪਾਵਾਂਗੇ ਕਿਹੜੀ ਡੇਟ ਤੋਂ ਪਾਵਾਂਗੇ ਕੇਜਰੀਵਾਲ ਸਾਹਿਬ ਆਹ ਜ਼ਰੂਰ ਦੱਸ ਦਿਓ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਇਹ ਵੀ ਚੋਣ ਘੋਸ਼ਣਾ ਪੱਤਰ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਮੈਂ ਕਹਿੰਦਾ ਲੀਗਲ ਡਾਕੂਮੈਂਟ ਛੱਡੋ ਤੁਸੀਂ ਡੇਟ ਹੀ ਦੱਸ ਦਿਓ ਵੀ ਅਸੀਂ 1 ਅਪ੍ਰੈਲ ਤੋਂ 1 ਮਈ ਤੋਂ 1 ਜੂਨ ਤੋਂ 1 ਜੁਲਾਈ ਤੋਂ ਪਾਵਾਂਗੇ ਖਾਤਿਆਂ 'ਚ ਤਾਂ ਕਿ ਤਸੱਲੀ ਹੋ ਜੇ ਸਾਡੀਆਂ ਔਰਤਾਂ ਮੇਰੇ ਮਾਤਾ ਜੀ ਵੀ ਪੁੱਛਦੇ ਸੀ ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਮੇਰੇ ਖਾਤੇ 'ਚ ਵੀ 1000 ਰੁਪਏ ਆਜੂ ਮੈਂ ਕਹਾਂ ਜੀ ਉਹ ਕਹਿੰਦੇ ਤਾਂ ਹੈਗੇ ਆ ਮੈਨੂੰ ਮੇਰੇ ਮਾਤਾ ਜੀ ਕਹਿੰਦੇ ਡੇਟ ਕਦੋਂ ਤੋਂ ਆਊ ਕਿਹੜੀ ਤਰੀਕ ਤੋਂ ਪਾਉਣਗੇ ਜੀ ਮੇਰੇ ਦਿਮਾਗ 'ਚ ਸਵਾਲ ਆ ਗਿਆ ਹੁਣ ਇਹ ਸਵਾਲਾਂ ਦਾ ਜਵਾਬ ਹੈ ਜਿਹੜਾ ਸਭ ਇਹ ਪੁੱਛਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਤੋਂ ਵੀ ਪੁੱਛੋ ਵੀ ਆ ਬੀਬੀ ਪ੍ਰਿੰਕਾ ਗਾਂਧੀ ਉਸ ਦਿਨ ਕਹਿ ਗਈ ਧੂਰੀ ਵੀ ਅਸੀਂ 1100 ਰੁਪਏ ਦੇਵਾਂਗੇ ਤੇ 8 ਸਿਲੰਡਰ ਦੇਵਾਂਗੇ ਜੀ ਸਿਲੰਡਰ ਕਦੋਂ ਤੋਂ ਮਿਲਣਾ ਸ਼ੁਰੂ ਹੋਊਗਾ ਡੇਟ ਦੱਸ ਦਿਓ ਤੇ 1100 ਰੁਪਏ ਕਦੋਂ ਤੋਂ ਤੇ ਸੁਖਬੀਰ ਬਾਦਲ ਜੀ ਵੀ ਕਹਿੰਦੇ ਨੇ ਬੀਬੀਆਂ ਦੇ ਖਾਤੇ ਅੱਜ ਪੈਸੇ ਦਵਾਂਗੇ ਸੁਖਬੀਰ ਬਾਦਲ ਜੀ ਤੁਸੀਂ ਵੀ ਡੇਟ ਦੱਸ ਦਿਓ ਵੀ ਇੰਨੀ ਤਰੀਕ ਤੋਂ ਦਵਾਂਗੇ ਗੱਲ ਹੀ ਮੁੱਕੀ ਜੀ ਹਾਂਜੀ ਫਿਰ ਤਾਂ ਤੁਹਾਡੇ ਵਰਗੇ ਲੀਡਰ ਹੀ ਕੋਈ ਨਹੀਂ ਦੁਨੀਆਂ ਨੇ ਦੇਖੇ ਕਿਉਂ ਜੀ ਜੀ ਇਹ ਡੇਟਾ ਦੱਸ ਦੇਣ ਬਾਕੀ ਗਾਲਾਂ ਗੂਲਾਂ ਕੋਈ ਨਹੀਂ ਜੇ ਗਾਲਾਂ ਕੋਈ ਲੀਡਰ ਕਿਸੇ ਨੂੰ ਕੱਢਦਾ ਹੋਵੇ ਤੇ ਉਹ ਵੀ ਪਲਾ ਦਿੰਦੇ ਟੀਵੀਾਂ 'ਾਂ ਜੀ ਜੀ ਡੱਲਾ ਸਾਹਿਬ ਬੀਜੇਪੀ ਵੱਲੋਂ ਵੀ ਬੜੇ ਜੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ ਪੰਜਾਬ ਦੇ ਵਿੱਚ ਲਗਾਤਾਰ ਫੇਰੀਆਂ ਪਾ ਰਹੇ ਨੇ ਇੱਕ ਫੇਰੀ ਉਹਨਾਂ ਨੇ ਜਲੰਧਰ ਦੀ ਪਾ ਲਈ ਹੈ ਤੇ ਹੋਰ ਜਲਦੀ ਹੀ ਪੰਜਾਬ ਦੇ ਵਿੱਚ 2-3 ਫੇਰੀਆਂ ਹੋਰ ਪਾਉਣਗੇ ਸੋ ਲਗਾਤਾਰ ਬੀਜੇਪੀ ਵਾਲੇ ਜਿਹੜੇ ਸਮਰਥਕ ਆ ਉਹ ਕਹਿ ਰਹੇ ਆ ਕਿ ਸਿਆਸੀ ਡਰ ਪੈ ਗਿਆ ਜਿਹੜੇ ਵਿਰੋਧੀ ਆ ਉਹਨਾਂ ਨੂੰ ਡਰ ਪੈ ਗਿਆ ਨਰਿੰਦਰ ਮੋਦੀ ਦੇ ਵਿਰੋਧੀਆਂ ਨੂੰ ਸੋ ਕਿਹੜਾ ਡਰ ਪੈ ਗਿਆ ਡੱਲਾ ਸਾਹਿਬ ਨਰਿੰਦਰ ਮੋਦੀ ਦਾ ਵਿਰੋਧੀਆਂ ਨੂੰ ਦੇਖੋ ਪਹਿਲਾਂ ਤਾਂ ਮੈਂ ਦੱਸਦਾ ਮੋਰ ਦੀਆਂ ਪਹਿਲਾਂ ਮੋਰ ਪਹਿਲਾਂ ਪਾਉਂਦੇ ਨਾ ਜੀ ਮੋਰ ਦੀਆਂ ਪਹਿਲਾਂ ਨਹੀਂ ਰੁੱਕ ਸਕਦੀਆਂ ਜੀ ਬਾਗਾਂ ਚ ਤੇ ਲੀਡਰਾਂ ਦੀਆਂ ਫੇਰੀਆਂ ਨਹੀਂ ਰੁੱਕ ਸਕਦੀਆਂ ਜੀ ਸੋ ਮੋਰਾ ਨੇ ਪਹਿਲਾਂ ਪਾਉਂਦੇ ਰਹਿਣਾ ਜੀ ਹੈ ਜੀ ਤੇ ਲੀਡਰਾਂ ਨੇ ਰੈਲੀਆਂ ਫੇਰੀਆਂ ਪਾਉਂਦੇ ਰਹਿਣਾ ਜੀ ਸੋ ਹੁਣ ਤੁਸੀਂ ਸਵਾਲ ਇੱਕ ਵਾਰੀ ਦੁਬਾਰਾ ਪੁੱਛੋ ਜੀ ਮੈਂ ਉਹ ਪੁੱਛ ਰਿਹਾ ਸੀ ਕਿ ਭਾਜਪਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਦੀਆਂ ਫੇਰੀਆਂ ਦਾ ਸਿਆਸੀ ਵਿਰੋਧੀਆਂ ਨੂੰ ਡਰ ਪੈਦਾ ਹੋ ਗਿਆ ਨਹੀਂ ਦੇਖੋ ਐਦਾਂ ਨਰਿੰਦਰ ਮੋਦੀ ਇੱਕ ਬਹੁਤ ਵੱਡੇ ਲੀਡਰ ਨੇ ਤੇ ਨਰਿੰਦਰ ਮੋਦੀ ਕੱਲ ਉਹਨਾਂ ਦਾ ਮੈਂ ਭਾਸ਼ਣ ਸੁਣਿਆ ਉਹਨਾਂ ਨੇ ਡਬਲ ਇੰਜਨ ਬੜੀ ਵਾਰੀ ਵਰਤਿਆ ਜੀ ਡਬਲ ਇੰਜਨ ਕੀ ਸਰਕਾਰ ਡਬਲ ਇੰਜਨ ਕੀ ਸਰਕਾਰ ਇਹਦਾ ਮਤਲਬ ਹੈ ਇੱਕ ਗੱਲ ਤਾਂ ਤੈਹ ਹੋ ਗਈ ਸਰਕਾਰਾਂ ਦੇ ਇੰਜਨ ਲੱਗੇ ਹੁੰਦੇ ਜੀ ਇਹਦਾ ਮਤਲਬ ਕੇਂਦਰ ਦੀ ਸਰਕਾਰ 'ਚ ਵੀ ਇੰਜਨ ਲੱਗਿਆ ਹੋਇਆ ਤੇ ਪੰਜਾਬ ਵਾਲੀ ਸਰਕਾਰ 'ਚ ਵੀ ਇੰਜਨ ਲੱਗਿਆ ਹੋਇਆ ਹੈ ਪਰ ਮੈਨੂੰ ਲੱਗਦਾ ਪੰਜਾਬ ਦੀ ਸਰਕਾਰ ਵਾਲਾ ਇੰਜਨ ਸੀਜ਼ ਹੋਇਆ ਹੋਇਆ ਐਵਰੇਜ ਨਹੀਂ ਦੇ ਰਿਹਾ ਜਾਂ ਉਹਦੀ ਸਰਵਿਸ ਹੋਣ ਵਾਲੀ ਹੈ ਹੁਣ ਪ੍ਰਧਾਨ ਮੰਤਰੀ ਸਾਹਿਬ ਇਹ ਕਹਿੰਦੇ ਰਹੇ ਕਿ ਡਬਲ ਇੰਜਨ ਦੀ ਸਰਕਾਰ ਅਸੀਂ ਡਬਲ ਇੰਜਨ ਦੀਆਂ ਸਰਕਾਰਾਂ ਪਹਿਲਾਂ ਵੀ ਬੜੀਆਂ ਦੇਖੀਆਂ ਕੇਂਦਰ ਚ ਵੀ ਕਾਂਗਰਸ ਦੀ ਸਰਕਾਰ ਤੇ ਪੰਜਾਬ ਚ ਵੀ ਕਾਂਗਰਸ ਦੀ ਸਰਕਾਰ ਕਿੰਨੀ ਵਾਰੀ ਦੇਖੀਆਂ ਅਸੀਂ ਉੱਪਰ ਵੀ ਮੋਦੀ ਸਾਹਿਬ ਦੀ ਸਰਕਾਰ ਸੀ ਭਾਜਪਾ ਦੀ ਸਰਕਾਰ ਸੀ ਅਟਲ ਬਿਹਾਰੀ ਵਾਜਪਾਈ ਦੀ ਪੰਜਾਬ ਚ ਵੀ ਪ੍ਰਕਾਸ਼ ਸਿੰਘ ਬਾਦਲ ਤੇ ਬੀਜੇਪੀ ਦੀ ਸਰਕਾਰ ਸੀ ਉਹ ਵੀ ਡਬਲ ਇੰਜਨ ਦੀ ਸਰਕਾਰ ਸੀ ਪਰ ਡਬਲ ਇੰਜਨਾਂ ਨੇ ਕੰਮ ਨਹੀਂ ਕੀਤਾ ਕਈ ਵਾਰੀ ਡਬਲ ਇੰਜਨ ਕੰਮ ਨਹੀਂ ਕਰਦੇ ਉਹ ਤਾਂ ਕਈ ਹੈਲੀਕਾਪਟਰ ਹੁੰਦੇ ਜਿਨ੍ਹਾਂ ਚ ਡਬਲ ਇੰਜਨ ਹੁੰਦੇ ਆ ਪਰ ਫਿਰ ਵੀ ਉਹਨਾਂ ਦੇ ਹਾਦਸੇ ਹੋ ਜਾਂਦੇ ਸੋ ਸਿਆਣੇ ਕਹਿੰਦੇ ਨੇ ਜਿਹੜੀ ਚੀਜ਼ ਰੱਬ ਨੇ ਲਿਖਤੀ ਉਹਦਾ ਕੋਈ ਬਦਲ ਨਹੀਂ ਜੀ ਉਹ ਹੋਣਾ ਹੀ ਹੈ ਹੋਣੀ ਟੱਲ ਹੈ ਜੀ ਬਾਕੀ ਠੀਕ ਹੈ ਭਾਜਪਾ ਵਾਲੇ ਅਕਾਲੀ ਦਲ ਵਾਲੇ ਅਕਾਲੀ ਦਲ ਨਹੀਂ ਲੋਕ ਕਾਂਗਰਸ ਵਾਲੇ ਅੱਜ ਕੱਲ ਹਰ ਜਗ੍ਹਾ ਇਹੀ ਕਹਿੰਦੇ ਆ ਵੀ ਡਬਲ ਇੰਜਨ ਦੀ ਸਰਕਾਰ ਡਬਲ ਇੰਜਨ ਦੀ ਸਰਕਾਰ ਮੋਦੀ ਸਾਹਿਬ ਆਏ ਮੋਦੀ ਸਾਹਿਬ ਨੇ ਰੇਤ ਮਾਫੀਆ ਦੀ ਗੱਲ ਨਹੀਂ ਕੀਤੀ ਇਹ ਬਹੁਤ ਵੱਡਾ ਮੋਦੀ ਸਾਹਿਬ ਪੰਜਾਬ ਚ ਖਤਰਾ ਹੈ ਰੇਤ ਮਾਫੀਆ ਮੋਦੀ ਸਾਹਿਬ ਪੰਜਾਬ ਦੀ ਸਭ ਤੋਂ ਵੱਡੀ ਚੁਣੌਤੀ ਰੇਤ ਮਾਫੀਆ ਜੀ ਨਸ਼ੇ ਦੀ ਗੱਲ ਹੋਈ ਹੁਣ ਨਸ਼ਾ ਦੋ ਤਰ੍ਹਾਂ ਦਾ ਹੈ ਇੱਕ ਕਾਨੂੰਨੀ ਨਸ਼ਾ ਇੱਕ ਗੈਰ ਕਾਨੂੰਨੀ ਨਸ਼ਾ ਇੱਕ ਤਾਂ ਕਾਨੂੰਨੀ ਨਸ਼ਾ ਸ਼ਰਾਬ ਹੈ ਸਿਗਰਟ ਹੈ ਤੰਬਾਕੂ ਹੈ ਗੁਟਕਾ ਉਹ ਨਸ਼ਾ ਕਾਨੂੰਨੀ ਹੈ ਉਹ ਤਾਂ ਲੋਕਾਂ ਦੀ ਇੱਛਾ ਤੇ ਆ ਜਿਹੜੇ ਕਰਨਾ ਚਾਹਣ ਕਰਦੇ ਨੇ ਜਿਹੜੇ ਨਹੀਂ ਕਰਨਾ ਚਾਹਣ ਨਹੀਂ ਕਰਦੇ ਹੁਣ ਗੱਲ ਰਹਿ ਗਈ ਗੈਰ ਕਾਨੂੰਨੀ ਨਸ਼ੇ ਦੀ ਗੈਰ ਕਾਨੂੰਨੀ ਨਸ਼ੇ ਤੇ ਲੜਾਈ ਜ਼ਰੂਰ ਹੋਣੀ ਚਾਹੀਦੀ ਹੈ ਗੈਰ ਕਾਨੂੰਨੀ ਨਸ਼ਾ ਜਿਹੜਾ ਉਹਦੇ ਤੇ ਸਖਤੀ ਹੋਣੀ ਚਾਹੀਦੀ ਹੈ ਹਰ ਹਾਲਾਤ ਚ ਛਾਪੇ ਵੱਜਣੇ ਚਾਹੀਦੇ ਨੇ ਰੋਕ ਟੋਕ ਹੋਣੀ ਚਾਹੀਦੀ ਹੈ ਸਰਕਾਰਾਂ ਨੇ ਜਾਦਾ ਕੰਮ ਕੀਤਾ ਨਹੀਂ ਗੈਰ ਕਾਨੂੰਨੀ ਨਸ਼ਾ ਰੋਕਣ ਦੇ ਲਈ ਗੱਲਾਂ ਹੀ ਕੀਤੀਆਂ ਪਰ ਮੋਦੀ ਸਾਹਿਬ ਨੇ ਰੇਤਾ ਹੁਣ ਜਿਹੜਾ ਪੰਜਾਬ ਦਾ ਰੇਤਾ ਹੈ ਉਹ ਸਾਡੀ ਆਰਥਿਕਤਾ ਦੇ ਨਾਲ ਜੁੜਿਆ ਹੈ ਮੋਦੀ ਸਾਹਿਬ ਦੇ ਭਾਸ਼ਣ ਚ ਮੈਂ ਕੋਈ ਪੰਜਾਬ ਨੂੰ ਆਰਥਿਕ ਪੈਕੇਜ ਦੀ ਗੱਲ ਨਹੀਂ ਸੁਣੀ ਕਿਸਾਨਾਂ ਲਈ ਕੋਈ ਬਹੁਤ ਵੱਡੀ ਆਰਥਿਕਤਾ ਦੇ ਮਾਰੇ ਐਲਾਨ ਨਹੀਂ ਸੁਣਿਆ ਹਾਂ ਇਹਨਾਂ ਜ਼ਰੂਰ ਮੋਦੀ ਸਾਹਿਬ ਨੇ ਕਿਹਾ ਕਿ ਅਸੀਂ 23 ਲੱਖ ਕਿਸਾਨਾਂ ਦੇ ਖਾਤਿਆਂ ਚ ਕਿਸਾਨ ਸਮਾਨ ਨਿਧੀ ਜਿਹੜਾ ਉਹ ਪੈਸਾ ਪਾਉਂਦੇ ਨੇ ਉਹ ਪਾ ਰਹੇ ਹਾਂ ਜੀ ਮੋਦੀ ਸਾਹਿਬ ਦਾ ਭਾਸ਼ਣ ਚੰਗਾ ਸੀ ਮੋਦੀ ਸਾਹਿਬ ਨੇ ਪਾਕਿਸਤਾਨ ਤੋਂ ਖਤਰੇ ਦੇ ਪ੍ਰਤੀ ਸੁਚੇਤ ਹੋਣ ਦੀ ਗੱਲ ਕੀਤੀ ਦੇਖੋ ਪੰਜਾਬੀ ਤਾਂ ਹਮੇਸ਼ਾ ਹੀ ਲੜਦੇ ਰਹੇ ਨੇ ਆਵੇਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣਾ ਹੋਵੇ ਜਿੰਨੀਆਂ ਜੰਗਾਂ ਹੋਈਆਂ ਸਾਡੇ ਫੌਜੀਆ ਨੂੰ ਲੰਗਰ ਪਾਣੀ ਵੀ ਪੰਜਾਬੀਆਂ ਨੇ ਚਕਾਇਆ ਸਾਡੇ ਫੌਜੀਆ ਦੇ ਨਾਲ ਡਟ ਕੇ ਖੜੇ ਰਹੇ ਨੇ ਸਾਡੇ ਪੰਜਾਬੀ ਔਰ ਦੂਸਰਾ ਜਿੰਨੀਆਂ ਜੰਗਾਂ ਪਾਕਿਸਤਾਨ ਨਾਲ ਜਾਂ ਚੀਨ ਨਾਲ ਹੋਈਆਂ ਜਾਂ ਹੁਣ ਵੀ ਜਿੰਨੇ ਫੌਜੀ ਸ਼ਹੀਦ ਹੁੰਦੇ ਨੇ ਪੰਜਾਬ ਦੇ ਵੱਧ ਹੁੰਦੇ ਨੇ ਹੁਣ ਪੰਜਾਬੀਆਂ ਨੂੰ ਜੇ ਪੰਜਾਬੀਆਂ ਨੂੰ ਦੇਸ਼ ਭਗਤੀ ਨਹੀਂ ਪਤਾ ਫਿਰ ਕਿਹਨੂੰ ਪਤਾ ਪੰਜਾਬੀਆਂ ਨੂੰ ਦੇਸ਼ ਭਗਤੀ ਨਹੀਂ ਸਿਖਾਈ ਜਾਂਦਾ ਜਿਵੇਂ ਪੰਜਾਬੀਆਂ ਨੂੰ ਪੰਜਾਬੀ ਨਹੀਂ ਸਿਖਾਈ ਜਾ ਸਕਦੀ ਜੰਮ ਦੇ ਨੂੰ ਹੀ ਪੰਜਾਬੀ ਆਉਂਦੀ ਹੁੰਦੀ ਜੀ ਜੀ ਨਾ ਪੰਜਾਬੀਆਂ ਨੂੰ ਪੰਜਾਬੀ ਸਿਖਾਈ ਜਾ ਸਕਦੀ ਨਾ ਦੇਸ਼ ਭਗਤੀ ਕਿਉਂਕਿ ਜੰਮ ਦੇ ਹੀ ਦੇਸ਼ ਭਗਤੀ ਸਾਡੇ ਤਾਂ 1 ਸਾਲ ਦਾ ਨਿਆਣਾ ਪਹਿਲੀ ਹੋਲੀ ਤੇ ਉਹ ਪਚਕਾਰੀ ਵਾਲੀ ਪਿਸਤੌਲ ਮੰਗਦਾ ਹੈ ਨਹੀਂ ਉਹ ਪਿਸਤੌਲ ਪਚਕਾਰੀ ਵੀ ਪਿਸਤੌਲ ਵਾਲੀ ਮੰਗਦਾ ਜਵਾਕ ਹੈ ਨਹੀਂ ਜੀ ਸਾਡੇ ਜਦੋਂ ਫੈਂਸੀ ਡਰੈਸ ਹੁੰਦੇ ਛੋਟੇ ਛੋਟੇ ਬੱਚਿਆਂ ਦੇ ਸਕੂਲਾਂ ਚੋਂ ਪਿਸਤੌਲ ਪਾ ਕੇ ਜਾਂਦੇ ਫੌਜੀ ਬਣ ਕੇ ਜਾਂਦੇ ਪੁਲਿਸ ਦੇ ਅਫਸਰ ਬਣ ਕੇ ਜਾਂਦੇ ਜਵਾਗ ਸੋ ਇਸ ਕਰਕੇ ਮੋਦੀ ਸਾਹਿਬ ਪੰਜਾਬੀਆਂ ਚ ਤਾਂ ਦੇਸ਼ ਭਗਤੀ ਐ ਭਰੀ ਹੋਈ ਐ ਜਿਵੇਂ मूਫਲੀ ਚ ਦਾਣਾ ਹੁੰਦਾ ਜੀ ਜੀ ਸੋ ਪੰਜਾਬੀਆਂ ਚ ਦੇਸ਼ ਭਗਤੀ ਦੀ ਕੋਈ ਕਮੀ ਨਹੀਂ ਸਾਰੇ ਪੰਜਾਬੀ ਦੇਸ਼ ਭਗਤੀ ਦੇ सनी देओल ਦੇਖ ਲੋ ਆਪਣਾ ਗਦਰ ਫਿਲਮ ਵਾਲਾ ਉਹਨੇ ਪਾਕਿਸਤਾਨ ਜਾ ਕੇ ਫਿਲਮ ਚ ਨਲਕਾ ਪਟਤਾ ਕਿੰਨੇ ਲੋਕ ਨਲਕੇ ਨਾਲ ਹੀ ਢਾਈ ਢੇਰੀ ਕਰਦੇ ਮੈਨੂੰ ਹਾਸਾ ਵੀ ਆ ਜਾਂਦਾ ਪਰ ਅੱਜ ਕੱਲ सनी देओल ਨਹੀਂ ਦੇਖਦਾ ਜੀ ਜੀ ਬੀਜੇਪੀ ਵਾਲਾ सनी देओल ਚੋਣ ਪ੍ਰਚਾਰ ਏਡੀ ਜ਼ੋਰ ਤੇ ਆ ਦੇਖੋ ਮੋਦੀ ਸਾਹਿਬ ਆ ਗਏ ਪੰਜਾਬ ਚ ਜਗਦੀਸ਼ ਜੀ ਮੋਦੀ ਸਾਹਿਬ ਨੇ ਟਾਈਮ ਕੱਢ ਲਿਆ ਗ੍ਰਹਿ ਮੰਤਰੀ ਸਾਹਿਬ ਨੇ ਟਾਈਮ ਕੱਢ ਲਿਆ ਅਮਿਤ ਸ਼ਾਹ ਜੀ ਨੇ ਜੀ ਜੀ ਕਿੰਨੇ ਸਾਡੇ ਬੀਜੇਪੀ ਦੇ ਮੰਤਰੀਆਂ ਨੇ ਟਾਈਮ ਕੱਢ ਲਿਆ ਪਰ ਸਨੀ ਦਿਓਲ ਨੇ ਟਾਈਮ ਨਹੀਂ ਕੱਢਿਆ ਗੁਰਦਾਸਪੁਰ ਗੁਰਦਾਸਪੁਰ ਦਾ ਐਮਪੀ ਹੈ ਬੜਾ ਚੰਗਾ ਹੁੰਦਾ ਜੇ ਮੋਦੀ ਸਾਹਿਬ ਮੰਚ ਤੋਂ ਸਨੀ ਦਿਓਲ ਨੂੰ ਸਨੇਹਾ ਦੇ ਜਾਂਦੇ ਵੀ ਭਾਈ ਸਨੀ ਦਿਓਲ ਗੁਰਦਾਸਪੁਰ ਦੇ ਲੋਕਾਂ ਨੇ ਤੈਨੂੰ ਚੁਣਿਆ ਭਾਈ ਬੀਬੇ ਬੰਦਿਆ ਆ ਜਾ ਗੁਰਦਾਸਪੁਰ ਕਰ ਜਾ ਚੋਣ ਪ੍ਰਚਾਰ ਲੋਕ ਉਡੀਕੀ ਜਾਂਦੇ ਆ ਜੀ ਜੀ ਹੈਂ ਜੀ ਲੋਕ ਆਏ ਉਡੀਕ ਕੀ ਜਾਂਦੇ ਆ ਜਿਵੇਂ ਮੌਨਸੂਨ ਫੇਲ ਹੋ ਜਾਂਦੀ ਹੈ ਨਾ ਅਸੀਂ ਗੁੱਡੀਆਂ ਸਾੜਦੇ ਆ ਵੀ ਭਾਈ ਮੀਂਹ ਪੈ ਜਾਏ ਜੀ 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 ਇਹ ਮੈਨੂੰ ਲੱਗਦਾ ਕੋਈ ਖਾਸ ਹਵਨ ਹੀ ਕਰਨਾ ਪੈਣਾ ਸਣੀ ਦੇਵ ਲਈ ਵੀ ਸਣੀ ਦੇਵ ਪ੍ਰਗਟ ਹੋਵੇ ਜੀ ਜੀ ਹੈ ਨਹੀਂ ਆਇਆ ਹੀ ਨਹੀਂ ਸਣੀ ਦੇਵ ਫਿਲਮਾਂ ਜੀ ਆਉਂਦਾ ਬਸ ਸਣੀ ਸੋ ਇਸ ਕਰਕੇ ਮੋਦੀ ਸਾਹਿਬ ਨੂੰ ਸਣੀ ਦੇਵ ਨੂੰ ਵੀ ਜ਼ਰੂਰ ਕੋਈ ਸਨੇਹਾ ਦੇਣਾ ਚਾਹੀਦਾ ਵੀ ਮੋਦੀ ਸਾਹਿਬ ਵੀ ਸਣੀ ਦੇਵ ਸਾਹਿਬ ਜਾਓ ਪੰਜਾਬ ਜਾਂ ਮੋਦੀ ਸਾਹਿਬ ਨਾਲ ਹੀ ਲਿਆਉਂਦੇ ਜਹਾਜ਼ ਤੇ ਹੈਲੀਕਾਪਟਰ 'ਚ ਸੋ ਭਾਜੀਪੀ ਦੇ ਬਾਕੀ तमाम ਲੀਡਰ ਆ ਗਏ ਸਨੀ ਦਿਉਲ ਦਾ ਭਾਈ ਪਤਾ ਵੀ ਕਰ ਲੋ ਬਾਕੀ ਆਪਾਂ ਸਾਰੇ ਮੈਂ ਮੈਂ ਆਪ ਵੀ ਪਤਾ ਕਰਦਾ ਨਿੱਜੀ ਤੌਰ ਤੇ ਜੀ ਹਨਾ ਜੀ ਕਈ ਵਾਰੀ ਸਨੀ ਦਿਉਲ ਸਾਹਿਬ ਕਿਤੇ ਜ਼ਰੂਰੀ ਰੁੱਝੇ ਹੋਣ ਭਾਈ ਜਾਂ ਕੋਈ ਆਰਟੀਆਈ ਲਾਈ ਜਾਵੇ ਪਾਰਲੀਮੈਂਟ ਚ ਪਤਾ ਕਰੋ ਭਾਈ ਤਨਖਾਹ ਸਨੀ ਦਿਉਲ ਨੂੰ ਪਾਰਲੀਮੈਂਟ ਚੋਂ ਮਿਲਦੀ ਹੈ ਕਿ ਨਹੀਂ ਜੀ ਜੀ ਕਿਤੇ ਤਨਖਾਹ ਹੀ ਨਾ ਮਿਲਦੀ ਹੋਵੇ ਸਨੀ ਦਿਉਲ ਸਨੀ ਦਿਉਲ ਨੂੰ ਜੀ ਤੇ ਸਨੀ ਦਿਉਲ ਕਵੇ ਮੈਨੂੰ ਤਾਂ ਤਨਖਾਹ ਹੀ ਨਹੀਂ ਮਿਲਦੀ ਮੈਂਬਰ ਪਾਰਲੀਮੈਂਟ ਦੀ ਮੈਨੂੰ ਮੈਂਬਰ ਪਾਰਲੀਮੈਂਟ ਬਣਾਤਾ ਇਹਨਾਂ ਨੇ ਜੇ ਤਨਖਾਹ ਮਿਲਦੀ ਹੈ ਫਿਰ ਹਲਕੇ ਚ ਜ਼ਰੂਰ ਆਓ ਸਨੀ ਦਿਉਲ ਸਾਹਿਬ ਇਹ ਪਤਾ ਕਰਦੇ ਆ ਆਰਟੀਆ ਯੂਟੀਆ ਹੀ ਲਾਉਨੇ ਆ ਜੀ ਡੱਲਾ ਸਾਹਿਬ ਮਾਹੌਲ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਕਿਹੜੀ ਪਾਰਟੀ ਦੀ ਹਵਾ ਚੱਲ ਰਹੀ ਹੈ ਮੁਕਾਬਲਾ ਕਿਸ ਤਰ੍ਹਾਂ ਚੱਲ ਰਿਹਾ ਕਿਸੇ ਪਾਰਟੀ ਦੀ ਹਵਾ ਹੈਗੀ ਹੈ ਜਾਂ ਮੁਕਾਬਲਾ ਚੱਲ ਰਹੀ ਹੈ ਨੇਰੀ ਜੀ ਨੇਰੀ ਕਿਹੜੀ ਪਾਰਟੀ ਦੀ ਨੇਰੀ ਸਾਰੀਆਂ ਪਾਰਟੀਆਂ ਦੀ ਨੇਰੀ ਹੈ ਮੈਂ ਆਪ ਵਾਲੇ ਨੂੰ ਪੁੱਛਿਆ ਉਹ ਕਹਿੰਦੇ ਸਾਡੀ ਨੇਰੀ ਜੀ ਮੈਂ ਕਾਂਗਰਸ ਵਾਲੇ ਨੂੰ ਪੁੱਛਿਆ ਕਹਿੰਦੇ ਸਾਡੀ ਨੇਰੀ ਜੀ ਮੈਂ ਅਕਾਲੀ ਦਲ ਨੂੰ ਪੁੱਛਿਆ ਕਹਿੰਦੇ ਸਾਡਾ ਝੱਖੜ ਚੱਲੀ ਜਾਂਦਾ ਜੀ ਬੀਜੇਪੀ ਵਾਲੇ ਕਹਿੰਦੇ ਸਾਡੀ ਵੀ ਨੇਰੀ ਹੈ ਮਤਲਬ ਝੱਖੜ ਤੇ ਨੇਰੀ ਇੱਕੋ ਹੀ ਗੱਲ ਹੈ ਜੀ ਜੀ ਸੋ ਕੁੱਲ ਮਿਲਾ ਕੇ ਮੈਂ ਸਾਰੀਆਂ ਕੋਈ ਕਹਿੰਦਾ ਸਾਡੀ ਹਨੇਰੀ ਐ ਕੋਈ ਕਹਿੰਦੇ ਸਾਡਾ ਝੱਖੜ ਚੱਲੀ ਜਾਂਦਾ ਕੋਈ ਕਹਿੰਦੇ ਸਾਡਾ ਤੂਫਾਨ ਆਇਆ ਪਿਆ ਕੋਈ ਕਹਿੰਦਾ ਅਸੀਂ ਬਾਕੀਆਂ ਦੀ ਜ਼ਮਾਨਤ ਹੀ ਜਬਤ ਕਰਾ ਦਾਂਗੇ ਜੀ ਸੋ ਇਸ ਕਰਕੇ ਪਰ ਇਹ ਫੈਸਲਾ ਲੋਕਾਂ ਨੇ ਕਰਨਾ ਲੋਕ ਬੜੇ ਸਿਆਣੇ ਹੋਗੇ ਪੰਜਾਬ ਦੇ ਜੋ ਮੈਂ ਮਹਿਸੂਸ ਕੀਤਾ ਲੋਕਾਂ ਚ ਮਿਲਦਾ ਜਗਦੀਸ਼ ਜੀ ਲੋਕ ਕਹਿੰਦੇ ਅਸੀਂ ਐਤ ਕੀ ਇਹ ਦੇਖਣਾ ਹੈ ਵੀ ਸਾਡੇ ਹਲਕੇ ਚ ਉਮੀਦਵਾਰ ਕਿਹੜਾ ਚੰਗਾ ਹੈ ਕਿਸੇ ਪਾਰਟੀ ਦਾ ਹੋਵੇ ਪਾਰਟੀ ਤੋਂ ਉੱਪਰ ਉੱਠ ਕੇ ਕਹਿੰਦੇ ਵੋਟ ਪਾਉਣੀ ਹੈ ਔਰ ਪਾਉਣੀ ਵੀ ਚਾਹੀਦੀ ਹੈ ਕਿਉਂਕਿ ਜੇ 117 ਚੰਗੇ ਬੰਦੇ ਵਿਧਾਨ ਸਭਾ ਚ ਚਲੇ ਗਏ ਨਾ ਜੀ ਜੇ ਕਿਸੇ ਇੱਕ ਦਾ ਬੋਮਬਦ ਵੀ ਨਹੀਂ ਆਉਂਦਾ ਜੇ 117 ਚੰਗੇ ਬੰਦੇ ਗੱਠ ਜੋੜ ਵੀ ਕਰ ਲੈਂਦੇ ਨਾ ਨਾ ਤੇ ਪੰਜਾਬ ਵਧੀਆ ਚੱਲ ਜਾਊਗਾ ਜੀ ਪੰਜਾਬ ਚੰਗੇ ਚੰਗੇ ਵਿਧਾਇਕਾਂ ਦੀ ਸਾਨੂੰ 117 ਦੀ ਲੋੜ ਹੈ ਤੁਸੀਂ ਦੇਖ ਲਿਓ ਕੋਈ ਸ਼ਰਾਬ ਦੇ ਠੇਕੇਦਾਰ ਕੋਈ ਰੇਤੇ ਦੇ ਮਾਫੀਏ ਇਹ ਜਹਿਆਂ ਤੋਂ ਬਚਿਓ ਜੀ ਇਹ ਜਹੇ ਤੋਂ ਬਚਿਓ ਜੀ ਹੈਂ ਜੀ ਚੰਗੇ ਲੋਕ ਚੁਣ ਲਿਓ ਉਦਾਂ ਸਾਰੇ ਸ਼ਰਾਬ ਦੇ ਠੇਕੇਦਾਰ ਮਾਰੇ ਨਹੀਂ ਹੁੰਦੇ ਪਰ ਜਿਨੇ ਸ਼ਰਾਬ ਦੇ ਠੇਕੇ ਹੀ ਖੋਲੇ ਉਹਨੇ ਵਿਧਾਨ ਸਭਾ ਜਾ ਕੇ ਕੀ ਲੈਣਾ ਉਹ ਸ਼ਰਾਬ ਵਿੱਚ ਜੀ ਆਪਣਾ ਵਪਾਰ ਕਰੇ ਜੀ ਦਲਾਸਾਬ ਹੁਣ ਸਮਾਪਤੀ ਵੱਲ ਵਧਦੇ ਆ ਜੀ ਦਰਸ਼ਕਾਂ ਤੋਂ ਇਜਾਜ਼ਤ ਲੈਣੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀਆਂ ਪ੍ਰਮੁੱਖ ਸਿਆਸੀ ਖਬਰਾਂ ਤੇ ਆਪਣੇ ਵਿਚਾਰ ਰੱਖਣ ਦੇ ਲਈ ਬਹੁਤ ਬਹੁਤ ਧੰਨਵਾਦ ਦਲਾਸਾ ਬਹੁਤ ਧੰਨਵਾਦ